ਡਾਕਟਰ ਸਾਹਿਬ ਬਹੁਤ-ਬਹੁਤ ਵਾਗਤ ਹੈ। ਧੰਨਵਾਦ 바ਸੂ ਜੀ ਬਹੁਤ-ਬਹੁਤ। ਵੀਕਐਂਡ ਆ ਗਿਆ ਜੀ। ਹਾਂਜੀ ਬਿਲਕੁਲ। ਕੀ ਪ੍ਰੋਗਰਾਮ ਆ ਵੀਕਐਂਡ ਦਾ? ਬਸ ਵੀਕਐਂਡ ਵੀਕਐਂਡ। ਵੈਰੀ ਨਾਈਸ। ਸੋ ਡਾਕਟਰ ਸਾਹਿਬ ਸਮਾਪਨੇ ਕੋਈ ਸੈਗਮੈਂਟ ਬੜਾ ਸੀਮਤ ਜਿਹਾ ਹੁੰਦਾ ਤੇ ਗੱਲਾਂ ਬਹੁਤ ਸਾਰੀਆਂ ਕਰਨੀਆਂ ਹੁੰਦੀਆਂ ਤੇ ਆਪਾਂ ਮੈਨੂੰ ਲੱਗਦਾ ਕਿ ਜਲਦੀ-ਜਲਦੀ ਸ਼ੁਰੂ ਕਰਦੇ ਹਾਂ ਕਿ ਫੋਰਨ ਅਫੇਅਰਸ ਤੇ ਆਪਾਂ ਇਥੋਂ ਸ਼ੁਰੂ ਕਰਦੇ ਹਾਂ ਗੱਲ ਕਿ ਇਨਕੰਪੀਟ ਜਿਹੜੀ ਲਿਬਰਲ ਪਾਰਟੀ ਹੈ ਉਹਨਾਂ ਦਾ ਪਲੈਟਫਾਰਮ ਕਿਹੜੇ-ਕਿਹੜੇ ਵਾਅਦੇ ਕਰਦਾ ਕਿ ਫੋਰਨ ਅਫੇਅਰਜ਼ ਦੀ ਇਹਨਾਂ ਦੀ ਸਰਕਾਰ ਦੁਬਾਰਾ ਬਣਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਪ੍ਰੋਪੋਜ਼ ਕਰ ਰਹੇ ਨੇ ਦੇਖੋ ਵਸੂ ਇਹਨਾਂ ਦੀ ਸਰਕਾਰ ਪਹਿਲਾਂ ਵੀ ਚੱਲ ਰਹੀ ਹੈ ਹੂੰ ਬਹੁਤ ਸਾਰੇ ਡਿਸਪਿਊਟਸ ਨੇ ਜਿਹੜੇ ਇਹਨਾਂ ਨੇ ਹੈਂਡਲ ਕਰਨੇ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਕਾਫੀ ਹੱਦ ਤੱਕ ਵੀ ਸਾਡੀ ਹੀ ਸਰਕਾਰ ਆਉਣੀ ਹੈ ਅੱਛਾ ਤੇ ਫਿਰ ਡਿਪਲੋਮੈਟਿਕ ਰਿਲੇਸ਼ਨਸ ਬਾਰੇ ਇਹ ਬਹੁਤਾ ਕੁਝ ਖੁੱਲਕੇ ਨਹੀਂ ਕਹਿ ਰਹੇ ਹੂੰ ਬੋਝ-ਬੋਝ ਕੇ ਗੱਲ ਕਰ ਰਹੇ ਕਿਉਂਕਿ ਇਹਨਾਂ ਨੂੰ ਪਤਾ ਵੀ ਕੱਲ ਨੂੰ ਸਾਨੂੰ ਦੁਬਾਰੇ ਫੇਰ ਅੱਜ ਅਸੀਂ ਕੋਈ ਦਬਕਾ ਮਾਰਦੇ ਹਾਂ ਚੀਨ ਨੂੰ ਜਾਂ ਬਹੁਤ ਵੱਡੀ ਗੱਲ ਕਹਿ ਦਿੰਨੇ ਆ ਤਾਂ ਕੱਲ ਨੂੰ ਗੱਲ ਤਾਂ ਉਹਨਾਂ ਨਾਲ ਹੀ ਕਰਨੀ ਹੈ ਨਾ ਇਸੇ ਤਰ੍ਹਾਂ ਜਿਹੜੇ ਹੋਰ ਵੀ ਹੈਗੇ ਸੋ ਇਹਨਾਂ ਨੇ ਬੜੀ ਪੋਲੀ ਜੀ ਆਪਣੇ ਜਿਹਨੂੰ ਕਹਿੰਦੇ ਹੈਗੇ ਆਪਣੇ ਫੋਰਨ ਪੋਲਿਸੀ ਫੋਰਨ ਪੋਲਿਸੀ ਜਿਹੜੀ ਸ਼ੋ ਕੀਤੀ ਹੈ ਹੂੰ ਦੂਸਰੇ ਪਾਸੇ ਕਨ ਸਰਵੇਟਿਵ ਦੀ ਆਪਾਂ ਗੱਲ ਕਰਾਂਗੇ ਉਹਨਾਂ ਨੇ ਤਾਂ ਬਹੁਤ ਖੁੱਲ ਕੇ ਯਾਨੀ ਬੋਲੇ ਆਦਬ ਕੀ ਮਾਰੇ ਸੋ ਇਸ ਤੋਂ ਪਹਿਲੀ ਇਹ ਤਾਂ ਇਹ ਕਿਹਾ ਵੀ ਅਸੀਂ ਜਿਹੜਾ ਕੋਵਿਡ 19 ਦਾ ਹੈਗਾ ਜਿਹੜਾ ਗਲੋਬਲ ਇਹਦੇ ਅਗੇਂਸਟ ਜਿਹੜੀ ਫਾਈਟ ਹੈ ਉਹਦੇ ਵਿੱਚ ਅਸੀਂ ਕੰਟ੍ਰਿਬਿਊਟ ਕਰਾਂਗੇ ਇਹ ਲਿਬਰਲ ਪਾਰਟੀ ਕਹਿੰਦੀ ਹੈ ਹਾਂ ਲਿਬਰਲ ਪਾਰਟੀ ਕਹਿੰਦੀ ਹੈ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਇਹ ਵੈਕਸੀਨ ਦੀਆਂ ਡੋਜ਼ਸ ਬਾਹਰ ਦੇ ਰਹੇ ਨੇ ਜਾਂ ਜਿਹੜਾ ਕੋਵਿਡ ਅਲਾਈਅੰਸ ਹੈ ਉਹਦੇ ਵਿੱਚ ਦੇ ਰਹੇ ਨੇ ਮੇਰਾ ਖਿਆਲ 40 ਮਿਲੀਅਨ ਇਹਨਾਂ ਨੇ ਕਿਹਾ ਅਸੀਂ ਦੇਵਾਂਗੇ ਕੈਨੇਡਾ ਨੇ ਕਿਹਾ ਹੈਗਾ ਤੇ ਕੁਝ ਦੇ ਵੀ ਰਹੇ ਨੇ ਇਹ ਦਿੱਤੀਆਂ ਹੋਈਆਂ ਵੀ ਨਹੀਂ ਤੇ ਕੁਝ ਦੇ ਰਹੇ ਨਹੀਂ ਤੇ ਇੱਕ ਮੈਨੂੰ ਇਹ ਲੱਗਦਾ ਵੀ WTO ਦੇ ਵਿੱਚ ਵੀ ਇਹ ਜਿਹੜਾ ਪੇਟੈਂਟ ਵੇਵਰ ਦੀ ਗੱਲ ਹੈਗੀ ਉਸ ਉੱਪਰ ਵੀ ਕੈਨੇਡਾ ਨੇ ਬਹੁਤ ਕਲੀਅਰ ਆਪਣਾ ਕਰਨਾ ਹੈਗਾ ਜੋ ਲੱਗ ਰਿਹਾ ਇਸ ਤੋਂ ਦੂਸਰੀ ਇਹਨਾਂ ਨੇ ਗੱਲ ਕੀਤੀ ਹੈਗੀ ਵੀ ਅਸੀਂ ਜਿੱਥੇ ਮੈਂ ਪੋਲੀ ਦੀ ਗੱਲ ਕਹਿੰਦਾ ਇਹਨਾਂ ਨੇ ਬੜਾ ਗੱਲਾਂ ਤਾਂ ਉਹੀ ਨੇ ਸਾਰੀਆਂ ਕਹਿੰਦੇ ਅਸੀਂ ਕਰਾਂਗੇ ਵੀ ਕੋਈ ਅਨਐਕਸੈਪਟੇਬਲ ਸਰਵੇਲੈਂਸ ਹਰੈਸਮੈਂਟ ਤੇ ਇੰਟੀਮਿਡੇਸ਼ਨ ਜਿਹੜੇ ਕੈਨੇਡੀਅਨਸ ਨੂੰ ਕੋਈ ਨਾ ਕਰ ਸਕੇ ਬਾਏ ਫੋਰਨ ਐਕਟਰਸ ਵਾਈ ਫੋਰਨ ਐਕਟਰਸ ਜਿਹੜਾ ਬਾਹਰ ਲਿਆ ਹੁਣ ਇਹਦੇ ਚ ਸਾਰਾ ਕੁਝ ਹੀ ਆ ਜਾਂਦਾ ਹੈ ਵੀ ਅਸੀਂ ਕੋਈ ਵੀ ਚੀਜ਼ ਹੈ ਜਿਹੜਾ ਸਾਡੇ ਕੈਨੇਡੀਅਨਸ ਨੂੰ ਜਾਂ ਕੈਨੇਡਾ ਨੂੰ ਕੋਈ ਇੰਟੀਮਿਡੇਟ ਕਰੂਗਾ ਹਰਾਸ ਕਰੂਗਾ ਜਾਂ ਉਹਨਾਂ ਦੀ ਸਰਵੇਲੈਂਸ ਕਰੂਗਾ ਹੁਣ ਸਰਵੇਲੈਂਸ ਤੇ ਵੀ ਚੀਨ ਦਾ ਨਾਂ ਲੱਗਦਾ ਹੈ ਜਾਂ ਰਸ਼ੀਆ ਦਾ ਲੱਗਦਾ ਹੈ ਜਿਹੜੀ ਇੰਟੀਮਿਡੇਸ਼ਨ ਹੈ ਉਹ ਵੀ ਚੀਨ ਦਾ ਨਾਂ ਲੱਗ ਰਿਹਾ ਹੈਗਾ ਸੋ ਇਹਨਾਂ ਨੇ ਭਾਵੇਂ ਸਿੱਧਾ ਨਹੀਂ ਕਿਹਾ ਪਰ ਗੱਲ ਉਹੀ ਹੈ ਮੈਂ ਪਰ ਬੜਾ ਹੈਰਾਨ ਹੋਇਆ ਜਦੋਂ ਮੈਂ ਇਹ ਪਲੇਟਫਾਰਮ ਦੇਖਿਆ ਵੀ ਇਹਦੇ ਵਿੱਚ ਚੀਨ ਦਾ ਜ਼ਿਕਰ ਨਹੀਂ ਕੀਤਾ ਤੇ ਜਿਹੜਾ ਅਗਲਾ ਪੁਆਇੰਟ ਹੈ ਜਿਹੜਾ ਤੁਸੀਂ ਦੱਸੋਗੇ ਕਿ ਰੋਹਿੰਗਾ ਕ੍ਰਾਈਸਿਸ ਬਾਰੇ ਗੱਲ ਕੀਤੀ ਹੈ ਹਾਂ ਉਹ ਹੈ ਪਰ ਵੀ ਗਰ ਮੁਸਲਮਾਨਾਂ ਬਾਰੇ ਗੱਲ ਨਹੀਂ ਕੀਤੀ ਨਹੀਂ ਉਹ ਬਿਲਕੁਲ ਦੋਨੇ ਮੈਂ ਇਹ ਗੱਲ ਕਹਿਣ ਲੱਗਿਆ ਸੀ ਕਿ ਉਹਨਾਂ ਬਾਰੇ ਗੱਲ ਨਹੀਂ ਕੀਤੀ ਗਈ ਕਿਉਂਕਿ ਚਾਈਨਾ ਦੇ ਵਿੱਚ ਵੀ ਪ੍ਰੋਬਲਮ ਤਾਂ ਆ ਰਹੀਆਂ ਨੇ ਹਿਊਮਨ ਰਾਈਟਸ ਦੀਆਂ ਤੇ ਦੂਸਰੇ ਪਾਸੇ ਰੋਹਿੰਗਿਆ ਪਰ ਤਾਂ ਗੱਲ ਕਰ ਲਈ ਹੈ ਉਨੇ ਹੋਰ ਕੁਝ ਨਹੀਂ ਕੀਤਾਗਾ ਨਾ ਹੀ ਇੰਡੀਆ ਬਾਰੇ ਕੋਈ ਗੱਲ ਕੀਤੀ ਹੈ ਯੈਸ ਇੰਡੀਆ ਰੋ ਵੀ ਬੜਾ ਪੋਲਾ ਪੋਲਾ ਰੱਖਿਆ ਹੋਇਆ ਹੈ ਦਰਅਸਲ ਵੀਗਰ ਮੁਸਲਮਾਨਾ ਤੇ ਤਾਂ ਫਿਰ ਕੰਸਰਵੇਟਿਵ ਪਾਰਟੀ ਜਿਹੜਾ ਪ੍ਰੋਪੋਜ਼ਲ ਲੈ ਕੇ ਆਈ ਸੀ ਮੋਸ਼ਨ ਲੈ ਕੇ ਆਈ ਸੀ ਹਾਊਸ ਆਫ ਕਾਮਨਸ ਦੇ ਵਿੱਚ ਤੇ ਜਸਟਿਨ ਛੂਡੋ ਉਹ ਆਪ ਹੀ ਉਸ ਦੇ ਵਿੱਚ ਸ਼ਾਮਲ ਹੀ ਨਹੀਂ ਹੋਏ ਸੀ ਐਬਸੈਂਟ ਹੋ ਗਏ ਸੀਗੇ ਉਸ ਮੋਸ਼ਨ ਦੇ ਜਦੋਂ VOTING ਹੋਈ ਤੇ ਉਹ ਹੁਣ ਜੇ ਆਪਣੇ ਪਲੇਟਫਾਰਮ ਵਿੱਚ ਲਿਖ ਦਿੰਦੇ ਆ ਕਿ ਅਸੀਂ ਇਦਾਂ ਦਾ ਪ੍ਰੋਪੋਜ਼ਲ ਕੋਈ ਲੈ ਕੇ ਆਵਾਂਗੇ ਤੇ ਕੰਸਰਵੇਟਿਵ ਪਾਰਟੀ ਸਿੱਧਾ ਸਿੱਧਾ ਵਾਰ ਕਰੇਗੀ ਪਰ ਪੂਰੇ ਤੇ ਪੂਰੇ ਪਲੇਟਫਾਰਮ ਦੇ ਵਿੱਚ ਜਿਹੜੇ ਪ੍ਰਮੁੱਖ ਪ ਨੇ ਬਿਲਕੁਲ ਚੀਨ ਦਾ ਜ਼ਿਕਰ ਨਹੀਂ ਦੂਸਰਾ ਤੁਸੀਂ ਦੇਖੋ ਅਫਗਾਨਿਸਤਾਨ ਦਾ ਵੀ ਜ਼ਿਕਰ ਨਹੀਂਗਾ ਕਿਉਂਕਿ ਜਿਸ ਦਿਨ ਕਿਉਂਕਿ ਇਹਨਾਂ ਨੇ ਪਲੇਟਫਾਰਮ ਸਭ ਤੋਂ ਪਹਿਲਾਂ ਲੈ ਜਾਂਦਾ ਹਾਂਜੀ ਤੇ ਉਦੋਂ ਹਾਲੇ ਤੀ ਅਫਗਾਨਿਸਤਾਨ ਵਾਲਾ ਕ੍ਰਾਈਸਿਸ ਉਸ ਤਰ੍ਹਾਂ ਦਾ ਨਹੀਂ ਹੋਇਆ ਸੀ ਕਿਉਂਕਿ ਇਹਨਾਂ ਨੇ ਤਾਂ ਜਿਸ ਦਿਨ ਮੇਰਾ ਖਿਆਲ ਹੈ ਆਪਣਾ ਇਲੈਕਸ਼ਨ ਕੰਪੇਨ ਸ਼ੁਰੂ ਹੋਈ ਉਸ ਦਿਨ ਹੀ ਪਲੇਟਫਾਰਮ ਆ ਗਿਆ ਸੀਗਾ ਉਸੇ ਦਿਨ ਸਾਰਾ ਕੁਝ ਇਹ ਹੋਇਆ ਇਕੱਠਾ ਪਰ ਉਹ ਦੇਖੋ 15 ਅਗਸਤ ਨੂੰ ਤਾਲਿਬਾਨ ਨੇ ਟੇਕਓਵਰ ਕਰ ਲਿਆ ਸੀ ਤੇ 15 ਅਗਸਤ ਨੂੰ ਇਲੈਕਸ਼ਨ ਕਾਲ ਕੀਤਾ ਹੈ ਨਾ ਤੇ ਉਸ ਤੋਂ ਬਾਅਦ ਪਲੇਟਫਾਰਮ ਆਇਆ ਤੇ ਇਹ ਸੋ ਮੌਕਾ ਤਾਂ ਸੀਗਾ ਇਹ ਗੱਲਬਾਤ ਤਾਂ ਬਹੁਤ ਦੇਰ ਤੋਂ ਚੱਲ ਰਹੀ ਹੈ ਕਿ ਉੱਥੋਂ ਜਿਹੜਾ ਮੈਂ ਕੈਕੁਇਟ ਕਰਨਾ ਉਹ ਜਿਹੜੀ ਗੱਲ ਹੈ ਨਾ ਵੀ ਤੁਸੀਂ ਉਹ ਗੱਲ ਨੂੰ ਡਾਈਡਾਊਨ ਕਰੋ ਉਹ ਤੇ ਸੌਫਟਬਾਲ ਪਲੇ ਕਰੋ ਵੀ ਤਾਂ ਕਿ ਗੱਲ ਹੀ ਨਾ ਕਰੋ ਤਾਂ ਕਿ ਗੱਲ ਹੋਵੇ ਨਾ ਸੋ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਇੱਕ ਇਹਨਾਂ ਨੇ ਕਿਹਾ ਵੀ ਅਫਰੀਕਨ ਡਵੈਲਪਮੈਂਟ ਬੈਂਕ ਦੇ ਅਸੀਂ ਜਿਹੜਾ ਹੈਗਾ ਕੁਝ ਸ਼ੇਅਰ ਪਰਚੇਸ ਕਰਾਂਗੇ ਤਾਂ ਕਿ ਉਸ ਬੈਂਕ ਕੋਲ ਪੈਸਾ ਚਲਾ ਜਾਵੇ ਤੇ ਕੋਵਿਡ ਜਿਹੜਾ 19 ਹੈ ਇਹਨੂੰ ਫਾਈਟ ਕਰਨ ਦੇ ਵਿੱਚ ਥੋੜਾ ਜਾਂ ਉਹਨਾਂ ਨੂੰ ਸਹਾਈ ਹੋਵੇ ਤਾਂ ਕਿ ਉਹ ਦੇਸ਼ਾਂ ਨੂੰ ਅਸਿਸਟ ਕਰ ਸਕਣ ਕਿਉਂਕਿ ਉਹਨਾਂ ਨੂੰ ਦੀ ਕੈਪਟਲਾਈਜੇਸ਼ਨ ਹੋ ਜਾਵੇ ਪੈਸਾ ਚਲਾਇਆ ਜਾਵੇ ਅਫਰੀਕਨ ਡਵੈਲਪਮੈਂਟ ਬੈਂਕ ਕੋਲੇ ਸੋ ਇਹ ਚਾਰਕ ਪੁਆਇੰਟ ਇਹਨਾਂ ਦੇ ਜਿਹੜੇ ਮੇਨ ਮੇਨ ਹੈ ਕੰਸਰਵੇਟਿਵਸ ਬੜੇ ਬੇਬਾਕ ਹੋ ਕੇ ਉਹਨਾਂ ਨੇ ਆਪਣਾ ਫੋਰਨ ਅਫੇਅਰਸ ਦਾ ਜਿਹੜਾ ਪਲੇਟਫਾਰਮ ਹੈ ਉਹ ਸਾਂਝਾ ਕੀਤਾ ਸਭ ਤੋਂ ਪਹਿਲੀ ਗੱਲ ਹੀ ਉਹਨਾਂ ਨੇ ਚਾਈਨਾ ਤੋਂ ਸ਼ੁਰੂ ਕੀਤੀ ਹੈ ਕਹਿੰਦੇ ਕਿ ਜਿਹੜਾ ਵੀਗਰ ਮੁਸਲਮਾਨਾਂ ਤੇ ਤਸ਼ੱਦਦ ਹੋ ਰਿਹਾ ਹੈ ਜਿਹੜਾ ਉੱਥੇ ਉਹਨੂੰ ਕਹਿੰਦੇ ਸੀ ਜੈਨੋਸਾਈਡ ਦਾ ਕਰਾਰ ਕਰਾਂਗੇ ਦਵਾਂਗੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਈ ਕਹਿੰਦੇ ਉਹਨੂੰ ਅਸੀਂ ਟੈਰਰਿਸਟ ਆਰਗੇਨਾਈਜੇਸ਼ਨ ਦਾ ਦਰਜਾ ਦਵਾਂਗੇ ਨਾਲੇ ਕਹਿੰਦੇ ਨੇ ਕਿ ਜਿਹੜੇ ਕੋਈ ਸੋ ਕਹਿੰਦੇ ਸੈਂਕਸ਼ਨਸ ਲਗਾਵਾਂਗੇ ਜਿਹੜੇ ਮੁਲਕ ਕੈਨੇਡੀਅਨਸ ਨੂੰ ਹੋਸਟੇਜ ਲੈਂਦੇ ਨੇ ਸਿੱਧੇ ਕਿਹਾ ਹਾਂ ਸੋ ਕਹਿੰਦੇ ਉਹਨਾਂ ਉਹਨਾਂ ਤੇ ਕਹਿੰਦੇ ਅਸੀਂ ਸੈਂਕਸ਼ਨਸ ਲਗਾਉਣ ਦਾ ਕਹਿੰਦੇ ਸਰਕਾਰ ਨੂੰ ਪਰਮਿਸ਼ਨ ਹੋਣੀ ਚਾਹੀਦੀ ਹੈ ਤੇ ਨਾਲ ਹੀ ਕਹਿੰਦੇ ਮਿਨਿਸਟਰ ਆਫ ਫੋਰਨ ਅਫੇਅਰਸ ਜਿਹੜਾ ਉਹਨੂੰ ਕਹਿੰਦੇ ਸੀ ਇਹ ਤਾਕਤ ਦਵਾਂਗੇ ਕਿ ਜੇਕਰ ਕੋਈ ਸਾਡਾ ਬੰਦਾ ਕਿਸੇ ਨੇ ਉੱਥੇ ਕੋਈ ਫੜ ਲਿਆ ਉੱਥੇ ਕੈਪਚਰ ਕਰ ਲਿਆ ਜਿਵੇਂ ਚੀਨ ਦੇ ਵਿੱਚ ਦੋਨੋਂ ਮਾਈਕਲਸ ਨੂੰ ਫੜਿਆ ਹੋਇਆ ਹੈ ਉਹਨਾਂ ਨੂੰ ਛੁਡਾਉਣ ਦੇ ਲਈ ਕਹਿੰਦੇ ਜੇਕਰ ਕੋਈ ਜਾਣਕਾਰੀ ਦਿੰਦਾ ਕੋਈ ਵਿਅਕਤੀ ਤੇ ਉਹਨੂੰ ਕਹਿੰਦੇ ਉਹਦੇ ਬਦਲੇ ਅਸੀਂ ਕੈਨੇਡਾ ਵਿੱਚ ਅਸਾਈਲਮ ਦਵਾਂਗੇ ਜਾਂ ਫਿਰ ਕੋਈ ਮੋਨਿਟਰੀ ਰਿਵਾਰਡ ਦਵਾਂਗੇ ਕਹਿੰਦੇ ਇਹ ਜਿਹੜੀ ਪਾਵਰ ਹੈ ਅਸੀਂ ਆਪਣੇ ਫੋਰਨ ਅਫੇਅਰਜ਼ ਮਿਨਿਸਟਰ ਨੂੰ ਦਵਾਂਗੇ ਸੋ ਇਹ ਉਹਨਾਂ ਨੇ ਗੱਲ ਕੀਤੀ ਹੈ ਸੀਆਈਏ ਸਟਾਈਲ ਮੇਰਾ ਖਿਆਲ ਹੁਣ ਪੁਸ਼ ਕਰਨਾ ਸ਼ੁਰੂ ਕਰ ਰਹੇ ਨੇ ਤੇ ਇਹਦੇ ਵਿੱਚ ਇਹ ਜਿਹੜਾ ਬੜਾ ਇੰਪੋਰਟੈਂਟ ਪੁਆਇੰਟ ਹੈ ਉਹ ਕਹਿੰਦੇ ਅਸੀਂ ਕੁਆਡ ਜੋਇਨ ਕਰਨ ਵਾਸਤੇ ਅਸੀਂ ਆਪਣੀ ਤਿਆਰੀ ਕਰਾਂਗੇ ਜਿਹੜਾ ਕੁਆਡਰિલેਟਰਲ ਸਿਕਿਉਰਿਟੀ ਡਾਇਲਾਗ ਹੈ ਜਿਹਦੇ ਵਿੱਚ ਯੂਐਸ ਜਾਪਾਨ ਆਸਟ੍ਰੇਲੀਆ ਤੇ ਇੰ ਚਾਂਮਲ ਨੇ ਕਹਿੰਦੇ ਕੁਆਡ ਅਸੀਂ ਜੁਆਇਨ ਕਰਾਂਗੇ ਸੋ ਜਸਟਿਨ ਟ੍ਰੂਡੋ ਨੂੰ ਬੜੀ ਵਾਰ ਪੁੱਛਿਆ ਗਿਆ ਕੁਆਡ ਬਾਰੇ ਉਹ ਕੋਈ ਸਿੱਧਾ ਇਦਾਂ ਕਹਿੰਦੇ ਨਹੀਂ ਪਰ ਇਹਨਾਂ ਨੇ ਆਪਣੇ ਪਲੈਟਫਾਰਮ 'ਚ ਹੀ ਲਿਖ ਦਿੱਤਾ ਨਾਲੇ ਕਹਿੰਦੇ ਕਿ ਜਿਹੜੇ ਹਾਂਗਕਾਂਗ ਤੋਂ ਵਿਅਕਤੀ ਜਿਹੜੇ ਇੱਥੇ ਆ ਕੇ ਅਸਾਈਲਮ ਲੈਣਾ ਚਾਹ ਰਹੇ ਨੇ ਕਹਿੰਦੇ ਉਹਨਾਂ ਦਾ ਜੇ ਕੋਈ ਪੁਰਾਣਾ ਪੁਲਿਸ ਰਿਕਾਰਡ ਹੈ ਜਿਹੜਾ ਉਹਨਾਂ ਨੇ ਪ੍ਰੋ-ਡੈਮੋਕਰੇਸੀ ਪ੍ਰੋਟੈਸਟ ਦੇ ਦੌਰਾਨ ਉਹਨਾਂ ਤੇ ਜੇ ਚੀਨ ਨੇ ਚੀਨ ਦੀ ਪੁਲਿਸ ਨੇ ਕਹਿੰਦੇ ਕੋਈ ਉਹਨਾਂ ਨੇ ਚਾਰजेस ਲਗਾਏ ਨੇ ਅਸੀਂ ਵੇਵ ਕਰ ਦੇਵਾਂਗੇ ਉਹਨਾਂ ਨੂੰ ਅਸਾਈਲਮ ਦਵਾਂਗੇ ਸੋ ਚਾਈਨਾ ਦੇ ਖਿਲਾਫ ਇਹ ਦੁ ਅ ਅਗਵਾਈ ਇਹ ਜਿਹੜਾ ਏਸ਼ੀਅਨ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਹੈ ਉਹਦੇ ਚੋ ਕਹਿੰਦੇ ਅਸੀਂ ਆਪ ਕੈਨੇਡਾ ਦਾ ਨਾਮ ਵਾਪਸ ਲਿਆਂਗੇ ਕੋਈ ਮੈਂਬਰਸ਼ਿਪ ਕਹਿੰਦੇ ਅਸੀਂ ਵਿਡਰੋ ਕਰ ਲੈਣਾ ਸੋ ਇਹ ਜਿਹੜੇ ਲੱਗਿਆ ਕਿ ਬੜੇ ਅਗਰੈਸਿਵ ਨੇ ਬੜੇ ਕਲੀਅਰ ਕਟ ਇਹਨਾਂ ਦੇ ਪ੍ਰੋਮਿਸਸ ਇਹ ਮੇਨ ਲਾਦਾ ਵਾਸੂ ਆਪਣੀ ਨਾ ਜਿਹੜੀ ਜਿਨ੍ਹਾਂ ਦਾ ਵੋਟ ਬੈਂਕ ਹੈ ਕੰਜ਼ਰਵੇਟਿਵ ਵੋਟ ਬੈਂਕ ਹੈ ਉਸ ਨੂੰ ਐਡਰੈਸ ਕੀਤਾ ਹੈ ਦੇਖੋ ਜਰੂਸਲਮ ਦੀ ਵੀ ਗੱਲ ਕੀਤੀ ਹੈ ਅਸੀਂ ਕੈਪੀਟਲ ਬਣਾ ਦੇਗੇ ਉੱਥੋਂ ਦੀ ਹਾਂ ਇਹ ਦੇਖੋ ਇਹ ਡੋਨਲਡ ਟਰੰਪ ਵਾਲੀ ਗੱਲ ਸਿੱਧੀ ਕਰ ਹਾਂ ਟਰੰਪ ਵਾਲੀ ਗੱਲ ਹੀ ਤੇ ਕਹਿੰਦੇ ਬਾਵੇ ਦੀ ਜਾਂਚ ਵੀ ਕਰਾਂਗੇ ਵੀ ਉਹਨਾਂ ਨੇ ਕਹਿੰਦੇ ਕਿ ਜੇ ਉੱਥੇ ਚਾਈਨਾ ਦੇ ਵਿੱਚ ਮਾਈਨੋਰਿਟੀਜ਼ ਤੇ ਜਿਹੜਾ ਤਸ਼ੱਦਦ ਹੋਇਆ ਉਹਦੇ ਵਿੱਚ ਉਹਨਾਂ ਨੇ ਸਰਵੇਲੈਂਸ 'ਚ ਹੈਲਪ ਕੀਤੀ ਸਰਕਾਰ ਨੂੰ ਕਹਿੰਦੇ ਕਿ ਉਹਦੀ ਜਾਂਚ ਕਰਾਵਾਂਗੇ ਨਾਲ ਕਹਿੰਦੇ ਕਿ ਜਿਹੜੇ ਕੋਈ ਸੀਨੀਅਰ ਪਬਲਿਕ ਆਫਿਸ ਹੋਲਡਰਸ ਨੇ ਉਹਨਾਂ ਨੂੰ ਕਹਿੰਦੇ ਅਸੀਂ ਰੋਕ ਲਗਾਵਾਂਗੇ ਕਿ ਚਾਈਨਾ ਦੀ ਕਿਸੇ ਕੰਪਨੀ ਵਿੱਚ ਜਾਂ ਚਾਈਨਿਸ ਸਟੇਟ ਦੀ ਕੋਈ ਵੀ ਉਹਨਾਂ ਦੀ ਜੌਬ ਜਾਂ ਕੰਟਰੈਕਟ ਉਹ ਨਹੀਂ ਲੈ ਸਕਣਗੇ ਕਹਿੰਦੇ 5 ਸਾਲਾਂ ਦਾ ਬੈਨ ਹੋਏਗਾ ਤੇ ਸੋ ਇਸ ਤਰ੍ਹਾਂ ਦੇ ਉਹਨਾਂ ਦੇ ਬਹੁਤ ਸਾਰੇ ਮਾਮਲੇ ਨੇ ਕਿ ਜਿਹੜਾ ਸਾਡਾ ਵਿਰੋਧ ਕਰੂਗਾ ਅਸੀਂ ਉਹਨਾਂ ਦੇ ਸੈਂਕਸ਼ਨਸ ਵੀ ਲਾਵਾਂਗੇ ਸੈਂਕਸ਼ਨਸ ਚਾਈਨਾ ਰਸ਼ੀਆ ਦਾ ਤਾਂ ਨਹੀਂ ਲਿਆ ਇਹਨਾਂ ਨੇ ਬਿਲਕੁਲ ਸਿੱਧਾ ਇਹਦੇ ਵਿੱਚ ਸਿੱਧਾ ਨਾ ਲਿਆ ਹੋਇਆ ਹੈਗਾ ਸੋ ਇਹ ਬਿਲਕੁਲ ਟਾਰਗੇਟ ਕਰ ਰਹੀ ਜਿਹੜੀ ਆਪਣੀ ਇਹਨਾਂ ਦੀ ਵੋਟ ਬੈਂਕ ਹੈਗਾ ਕਨਜ਼ਰਵੇਟਿਵ ਵੋਟ ਬੈਂਕ ਹੈ ਔਰ ਉਹ ਪੂਰੀ ਤਰ੍ਹਾਂ ਐਨ ਟਾਰਗੇਟ ਕੀਤਾ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅ ਵਾਸੂ ਜੀ ਐਨਡੀਪੀ ਤੇ ਆਈਏ ਹਾਂਜੀ ਤਾਂ ਐਨਡੀਪੀ ਦਾ ਜਿਹੜਾ ਪਲੈਟਫਾਰਮ ਹੈਗਾ ਉਹ ਵੀ ਥੋੜਾ ਜਿਹਾ ਚਾਈਨਾ ਬਾਰੇ ਤਾਂ ਬੋਲਦਾ ਹੈਗਾ ਪਰ ਉਹਨਾਂ ਜਿਆਦਾ ਨਹੀਂ ਜਿੰਨਾ ਕਨਜ਼ਰਵੇਟਿਵ ਬੋਲ ਰਹੇ ਨੇ ਜੀ ਕਿਉਂਕਿ ਥੋੜਾ ਜਿਹਾ ਇਹਨਾਂ ਦਾ ਮੇਰਾ ਆਇਡੈਲੋ ਤੇ ਉਸ ਕਰਕੇ ਵੀ ਹੋ ਸਕਦਾ ਥੋੜੀ ਜਿਹੀ ਚੁੱਪ ਰਹਿਣ ਇੱਕ ਤਰ੍ਹਾਂ ਨੇ ਕਿਹਾ ਵੀ ਕੈਨੇਡਾ ਦਾ ਜਿਹੜਾ ਇੰਟਰਨੈਸ਼ਨਲ ਏਡ ਹੈ ਜਿਹੜੀ ਅਸੀਂ ਇਹ ਵਧਾ ਕੇ 0.7% ਆਫ ਦਾ ਜਿਹੜੀ ਜੀ ਡੀ ਪੀ ਹੈ ਸਾਡਾ ਉਹਦੇ ਕਰ ਦਾਂਗੇ ਜੀ ਮਤਲਬ ਏਡ ਅਸੀਂ ਵਧਾ ਦੇਾਂਗੇ ਉਹਦੇ ਵਿੱਚ ਮੇਰਾ ਖਿਆਲ ਹੈ ਕੋਵਿਡ ਵੈਕਸੀਨ ਵਗੈਰਾ ਕਰਕੇ ਸਾਰਾ ਕੁਝ ਆ ਜਾਣਾ ਇੱਕ ਇਹਨਾਂ ਨੇ ਕਿਹਾ ਵੀ ਚਾਈਨਾ ਲਈ ਅਸੀਂ ਬੜੇ ਸਟਰੋਂਗ ਤੇ ਕੋਹਰੈਂਟ ਸਟ੍ਰੈਟਜੀ ਬਣਾਵਾਂਗੇ ਕੈਨੇਡੀਅਨ ਇੰਟਰਸਟ ਹੈ ਜਿਹੜੇ ਉਹਨਾਂ ਨੂੰ ਵਾਚ ਕਰਨ ਲਈ ਤੇ ਅਸੀਂ ਇੱਕ ਬਹੁਤ ਕੋਆਰਡੀਨੇਟਿਡ ਇੰਟਰਨੈਸ਼ਨਲ ਰਿਸਪਾਂਸ ਹੈ ਜਿਹੜਾ ਉਹਨੂੰ ਦੇਵਾਂਗੇ ਹਾਂਗਕਾਂਗ ਦੀ ਡੈਮੋਕ੍ਰੇਸੀ ਬਾਰੇ ਵੀ ਗੱਲ ਕੀਤੀ ਹੈ ਸਲਾਈਮ ਸੀਕਰਸ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਹੈ ਵੀ ਅਸੀਂ ਉਹਨਾਂ ਨੂੰ ਸਲਾਈਮ ਦੇਵਾਂਗੇ ਸੋ ਚਾਈਨਾ ਦੇ ਖਿਲਾਫ ਤਾਂ ਇਹ ਬੋਲੇ ਆ तकरीबन ਸਿੱਧਾ ਹੀ ਬੋਲੇ ਆ ਕੋਈ ਬਹੁਤਾ ਇਹ ਨਹੀਂ ਵੀ ਲੋਕ ਲਕਵਾ ਵਾਲੀ ਗੱਲ ਹਮਮ ਇੱਕ ਇਹਨਾਂ ਨੇ ਕਿਹਾ ਵੀ ਗਲੋਬਲ ਫੰਡ ਟੂ ਫਾਈਟ ਏਡਜ਼ ਟਿਬਰਕਲੋਸਿਸ ਟਿਬਰਕਲੋਸਿਸ ਐਂਡ ਮਲੇਰੀਆ ਜੀ ਇਹਨਾਂ ਨੂੰ ਅਸੀਂ ਕਰਾਂਗੇ ਔਰ ਇਹਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਈ ਵੀ ਕੋਵਿਡ-19 ਕਿਉਂ ਲਿਖਿਆਗਾ ਹਮ ਕੋਵਿਡ-19 ਇਸ ਵੇਲੇ ਜ਼ਿਆਦਾ ਸੀ ਇੱਕ ਇਹਨਾਂ ਨੇ ਲਿਖਿਆ ਨਿਊਕਲੀਅਰ ਡਿਸਰਮੈਂਟ ਹਮ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਬਹੁਤ ਇਹਨਾਂ ਪੀਸਕੀਪਿੰਗ ਤੇ ਅਨਸ਼ੋਰ ਕੈਨੇਡੀਅਨ ਮੇਡ ਵੈਪਨਸ ਆਰ ਨਾਟ ਕਿਸੇ ਵੀ ਕਨਫਲਿਕਟ ਦੇ ਵਿੱਚ ਦਿੱਤੇ ਜਾਣ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ ਬਹੁਤ ਵੱਡੇ ਪੱਧਰ ਤੇ ਦੋਸ਼ ਲੱਗੇ ਹਨ ਤੇ ਵੀ ਸਾਊਦੀ ਅਰੇਬੀਆ ਨੂੰ ਕੈਨੇਡਾ ਮਿਲੀਅਨਸ ਆਫ ਡਾਲਰਸ ਦੇ ਹਥਿਆਰ ਵੇਚਦਾ ਤੇ ਉਹ ਸਾਊਦੀ ਅਰੇਬੀਆ ਤੋਂ ਫਿਰ ਦੂਜਿਆਂ ਕੋਲ ਚਲੇ ਜਾਂਦੇ ਨੇ ਇੱਕ ਇੱਕ ਟਰਾਂਜ਼ਿਟ ਮਾਰਕੀਟ ਸਾਊਦੀ ਅਰੇਬੀਆ ਬਣੀ ਹੋਈ ਹੈ ਸੋ ਕੈਨੇਡਾ ਤੇ ਦੋਸ਼ ਲੱਗਦਾ ਹੈਗਾ ਵੀ ਉੱਥੇ ਸਰਕਾਰਾਂ ਨੂੰ ਜਾਂ ਦੂਸਰੇ ਨੂੰ ਫੰਡ ਕਰ ਰਹੇ ਨੇ ਜਿਸ ਨਾਲ ਵਿੱਚ ਕਹਿੰਦੇ ਇਸਤੇਮਾਲ ਹੋ ਰਹੀ ਹੈ ਯਮਨ ਦੇ ਵਿੱਚ ਕਹਿੰਦੇ ਜਿਹੜੀ ਵਾਰ ਚੱਲ ਰਹੀ ਹੈ ਉੱਥੇ ਇਸਤੇਮਾਲ ਹੋ ਰਹੇ ਨੇ ਕੈਨੇਡੀਅਨ ਯਾਰ ਇੱਕ ਇਹਨਾਂ ਨੇ ਕਿਹਾ ਵੀ ਅਸੀਂ ਜਸਟਿੰਡ ਲਾਸਟਿੰਗ ਟੂ ਸਟੇਟ ਸੋਲੂਸ਼ਨ ਹੈ ਜਿਹੜਾ ਪਾਲੇਸਟਾਈਨ ਦਾ ਉਹ ਕਰ ਦਾਂਗੇ ਹੁਣ ਇਹ ਹੈ ਬਹੁਤ ਵੱਡਾ ਵਾਅਦਾ ਹੈਗਾ ਕਿਸ ਤਰ੍ਹਾਂ ਹੁੰਦਾ ਹੈਗਾ ਇਹ 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 ਤਾਂ ਬਿਆਨੀ ਕੀਤਾ ਗਿਆ ਡੋਨਲਡ ਟਰੰਪ ਨੇ ਵੀ ਬੜਾ ਜ਼ੋਰ ਲਾਇਆ ਸੀ ਆ ਮੈਨੂੰ ਇਹ ਲੱਗਦਾ ਵੀ ਡੋਨਲਡ ਟਰੰਪ ਦੀਆਂ ਤਾਂ ਗੱਲਾਂ ਵਾੜੀਆਂ ਹੁੰਦੀਆਂ ਸੀ ਤੇ ਕਰਦਾ ਘੱਟ ਸੀ ਪਰ ਇੱਕ ਚੀਜ਼ ਹੈ ਵੀ ਉਹਨੇ ਲੜਾਈ ਨਹੀਂ ਲੜੀ ਕੋਈ ਵਾਰ ਜਾ ਕੇ ਇਹ ਗੱਲ ਤਾਂ ਹੈ ਬਾਈਡਨ ਸਾਹਿਬ ਦੇ ਜਾਣ ਤੋਂ ਬਾਅਦ ਸ਼ੁਰੂ ਹੋ ਗਿਆ ਕੰਮ ਕਦੇ ਕਿਤੇ ਕਦੇ ਕਿਤੇ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਤੇ ਲਾਸਟ ਇਹਨਾਂ ਦਾ ਇਹ ਹੈ ਜੀ ਇਹਨਾਂ ਨੇ ਅਸੀਂ ਕਹਿੰਦੇ ਵੀ ਲੀਡਰਸ਼ਿਪ ਰੋਲ ਲਵਾਂਗੇ ਲੋ ਇਨਕਮ ਕੰਟਰੀਜ਼ ਨੂੰ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਹੈਲਪ ਕਰਨ ਲਈ ਸੋ ਇਹ ਇਹਨਾਂ ਦੇ ਵਾਸੂ ਜੀ ਜਿਹੜੇ ਹੈਗੇ ਮੁੱਖ ਵਾਦੇ ਆ ਇਹ ਵਾਦੇ ਤਾਂ ਅਸੀਂ ਸਾਰੇ ਸੁਣ ਲਏ ਡਾਕਟਰ ਸਾਹਿਬ ਤੁਹਾਡੇ ਮੁਤਾਬਕ ਕੰਸਰਵੇਟਿਵ ਪਾਰਟੀ ਜਿਹੜੇ ਇਹਨੇ ਬੇਬਾਕ ਵਾਦੇ ਕਰ ਰਹੀ ਹੈ ਇਹਨਾਂ ਵਿੱਚੋਂ ਕਿੰਨੇ ਕੁ ਵਾਦੇ ਉਹ ਪੂਰੇ ਕਰ ਸਕਣਗੇ ਅ ਦੇਖੋ ਵਾਸੂ ਜੀ ਇਹ ਗਰਾਊਂਡ ਰਿਐਲਿਟੀਜ਼ ਤੋਂ ਬਹੁਤ ਦੂਰ ਨੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਦੇਖੋ ਜੇ ਪਿਛਲਾ ਆਪਾਂ ਦੇਖੀਏ ਨਾ 3-4 ਸਾਲ ਜਿਹੜੇ ਹੈਗੇ ਤਾਂ ਤਿੰਨ ਵੱਡੀਆਂ ਫੇਲਰਸ ਕੈਨੇਡਾ ਨੂੰ ਆਈਆਂ ਨੇ ਜੀ ਇੱਕ ਤਾਂ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਦੇ ਲਈ ਅਸੀਂ ਜਿਹੜਾ ਸੀ ਆਇਰਲੈਂਡ ਤੋਂ ਹਾਰੇ ਆਇਰਲੈਂਡ ਤੋਂ ਤੇ ਨਾਰਵੇ ਤੋਂ ਹੂੰ ਦੋਨਾਂ ਤੋਂ ਹਾਰੇ ਡਾਕਟਰ ਸਾਹਿਬ ਮੈਨੂੰ ਨਾਰਵੇ ਦਾ ਇੰਨਾ ਦੁੱਖ ਨਹੀਂ ਆਇਰਲੈਂਡ ਦਾ ਬਹੁਤ ਦੁੱਖ ਹੈ ਨਹੀਂ ਉਹ ਹੈ ਨਾ ਤੁਸੀਂ ਦੇਖੋ ਵੀ 130 ਵੋਟਾਂ ਸੀਟਾਂ ਵੋਟਾਂ ਨੂੰ ਪਈਆਂ ਆ ਨਾਰਵੇ ਨੂੰ 128 ਆਇਰਲੈਂਡ ਨੂੰ ਪਈਆਂ ਤੇ ਕੈਨੇਡਾ ਨੂੰ 108 ਜੀ ਵੱਡੇ ਡਿਫਰੈਂਸ ਨਾਲ ਜਿਹੜੇ ਕਹਿੰਦੇ ਹੁੰਦੇ ਹੈਗੇ ਵੀ ਬਹੁਤ ਬੁਰੀ ਤਰ੍ਹਾਂ ਹਾਰ ਉਹਦੇ ਚ ਹੋਈ ਯੈਸ ਅ ਦੋ ਮਾਈਕਲਸ ਦੀ ਗੱਲ ਜਿਹੜੀ ਚੱਲਦੀ ਹੈ ਉਹਦੇ ਵਿੱਚ ਵੀ ਹਾਲ ਤੱਕ ਕੁਝ ਨਹੀਂ ਕਿਸੇ ਤਰ੍ਹਾਂ ਦੀ ਜਿਹੜੀ ਡਿਪਲੋਮੈਟਿਕ ਜਿੱਤ ਹੋਈ ਹੋਵੇ ਕਿਤੇ ਵੀ ਕੋਈ ਸਾਨੂੰ ਇਹੋ ਜਿਹਾ ਇੰਡੀਕੇਸ਼ਨ ਨਹੀਂ ਆਇਆ ਜੀ ਅਫਗਾਨਿਸਤਾਨ ਦੇ ਵਿੱਚ ਵੀ ਫਿਐਸਕੋ ਹੀ ਰਿਹਾ ਹੈਗਾ ਵੀ ਸਮਝ ਹੀ ਨਹੀਂ ਲੱਗੀ ਸਾਨੂੰ ਵੀ ਅਸੀਂ ਕੀ ਕਰੀਏ ਜੀ ਹੁਣ ਵਸੂ ਜਿਹੜੀ ਅਗਲੀ ਗੱਲ ਹੈ ਨੇ ਇਸ ਤੋਂ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੈ ਵਰਲਡ ਇਸ ਵੇਲੇ ਨਾ ਜਿਹੜਾ ਇੱਕ ਜੀਓ ਪੋਲਿਟਿਕਲ ਸਿਚੁਏਸ਼ਨ ਇੰਨੀ ਫਲੂਇਡ ਹੋ ਚੁੱਕੀ ਹੈ ਕਿ ਇੰਨੀ ਚੇਂਜ ਹੋ ਚੁੱਕੀ ਹੈ ਉਹਦੇ ਵਿੱਚ ਕਿਸੇ ਨੂੰ ਵੀ ਕੁਝ ਕਰਨਾ ਬਹੁਤ ਔਖਾ ਹੈ। ਨੰਬਰ 1 ਤਾਂ ਇਹ ਹੈ ਵੀ ਜਿਹੜੀ ਯੂਐਸਡੀ ਸੀ ਕਿ ਟਾਪ ਪੋਜੀਸ਼ਨ ਜਿਹੜੀ ਸੀ ਯੂਐਸ ਕਹਿੰਦਾ ਸੀ ਮੇਰੇ ਨਾਲੋਂ ਤਾਂ ਕੋਈ ਵੱਡਾ ਹੈ ਹੀ ਨਹੀਂਗਾ ਤੇ ਅਸੀਂ ਉਹਦੇ ਨਾਲ ਲੱਗੇ ਹੋਏ ਸੀਗੇ। ਯੂਐਸ ਹੋ ਨਹੀਂ ਰਿਹਾ। ਯੂਐਸ ਉਸ ਤਰ੍ਹਾਂ ਸਾਨੂੰ ਨਾ ਤਾਂ ਪ੍ਰੋਟੈਕਟ ਕਰ ਸਕਦਾ ਨਾ ਹੀ ਯੂਐਸਡੀ ਵਰਲਡ ਅਫੇਅਰ ਦੇ ਵਿੱਚ ਯੂਨੀਪੋਲਰ ਵਰਲਡ ਨਹੀਂ ਰਹੇਗਾ। ਨਹੀਂ ਰਹੇਗਾ। ਹਾਂ ਹੁਣ ਮਲਟੀਪੋਲਰ ਵਰਲਡ ਹੋ ਗਿਆ ਹੈਗਾ ਉਹਦੇ ਵਿੱਚ بڑا ਇਹ ਔਖਾ ਹੈਗਾ। ਇੱਕ ਕੀ ਹੈਗਾ ਵੀ ਜਿਹੜਾ ਵਰਡ ਜਿਹੜਾ ਆਪਾਂ ਗੱਲ ਕਰਾਂਗੇ ਅੱਗੇ ਪ੍ਰੋਟੈਕਸ਼ਨਿਸਮ ਵਾਲਾ ਰਿਪਰੋਟेक्ट ਕਰ ਰਿਹਾ ਸਾਰੇ ਕਸੇ ਨੂੰ ਜਿਵੇਂ ਸਾਰੇ ਦੇਸ਼ ਆਪੋ ਆਪਣੇ ਟ੍ਰੇਡ ਨੂੰ ਪ੍ਰੋਟੈਕਟ ਕਰ ਰਹੇ ਆਪਾਂ ਅਗਲੀ ਗੱਲ ਕਰਦੇ ਹਾਂ ਉਹਦੇ ਨਾਲ ਡੋਮੈਸਟਿਕ ਪ੍ਰੋਡਕਸ਼ਨ ਨਾਲ ਹੋਏ ਸਾਰੇ ਇਸ ਤੋਂ ਇਲਾਵਾ ਜੀ ਚਾਈਨਾ ਦੀ ਆਪਾਂ ਗੱਲ ਕਰਦੇ ਆਂ ਵੱਡੀ ਗੱਲ ਹੋ ਰਹੀ ਹੈ ਕਿ ਕੰਜ਼ਰਵੇਟਿਵ ਵੱਲੋਂ ਜੇ ਆਪਾਂ ਕਹੀਏ ਵੀ ਚਾਈਨਾ ਨੂੰ ਇਕੱਲਾ ਕੈਨੇਡਾ ਹੈਂਡਲ ਕਰ ਲੂਗਾ ਬਹੁਤ ਔਖਾ ਹੈ ਹੋ ਹੀ ਨਹੀਂ ਸਕਦਾਗਾ ਡਿਬੇਟ ਜਦੋਂ ਹੋਈ ਨਾ ਉਹਦੇ ਵਿੱਚ ਈ ਫਰਾਂਸਵਾ ਬਲਾਂਸ਼ਿਟ ਨੇ ਇਹ ਗੱਲ ਕਹੀ ਕਹਿੰਦੇ ਕਿ ਚਾਈਨਾ ਕੈਨੇਡਾ ਕਹਿੰਦੇ ਗੱਲ ਹੁਣ ਸਵੀਕਾਰ ਕਰ ਲਵੇ ਸਵੀਕਾਰ ਨਹੀਂ ਬਿਲਕੁਲ ਕੈਨੇਡਾ ਜੇ ਕਹੂਗਾ ਵੀ ਮੈਂ ਚਾਈਨਾ ਨੂੰ ਕੱਲਾ ਇੰਨੀ ਮਸਲ ਪਾਵਰ ਹੀ ਹੈ ਨਹੀਂ ਕੈਨੇਡਾ ਕੋਲੇ ਵੀ ਉਸ ਨੂੰ ਹੈਂਡਲ ਕਰ ਸਕੇ ਇਹਨੂੰ ਕਿਸੇ ਨਾਲ ਲੜਨਾ ਹੀ ਪੈਣਾ ਹੈਗਾ ਕਲਾਈਮੇਟ ਚੇਂਜ ਦਾ ਦੇਖੋ ਆਈਪੀਸੀਸੀ ਨੇ ਸਾਨੂੰ ਕਿੱਡਾ ਵੱਡੀ ਵਾਰਨਿੰਗ ਦਿੱਤੀ ਹੋਈ ਹੈ ਕਿ ਤੁਹਾਡੇ ਕੋਲੇ 10-12 ਸਾਲ ਹੀ ਰਹਿ ਗਏ ਨੇ ਉਹਦੇ ਉੱਪਰ ਜਿਹੜਾ ਹੈਗਾ ਵਰਡ ਦੇ ਨਾਲ ਸਾਨੂੰ ਕੋਆਪਰੇਟ ਕਰਨਾ ਪੈਣਾ ਹੈਗਾ ਉਹ ਕਿਸ ਤਰ੍ਹਾਂ ਕਰਨਾ ਹੈਗਾ ਇਹ ਵੀ ਬੜੇ ਵੱਡੇ ਚੈਲੰਜ ਹੈ ਇਸ ਤੋਂ ਇਲਾਵਾ ਕੀ ਹੈ ਜਿਹੜੀ ਇੰਟਰਨੈਸ਼ਨਲ ਇਕਨੋਮੀ ਕਿੱਧਰ ਨੂੰ ਜਾਊਗੀ ਪੈਂਡੈਮਿਕ ਤੋਂ ਬਾਅਦ ਬੜੀ ਅਨਪ੍ਰੋਡਿਕਟੇਬਲ ਹੈ ਜੀ ਤੇ ਉਹਦੇ ਵਿੱਚ ਸਟ੍ਰੈਟੇਜੀਕਲੀ ਅਸੀਂ ਕਿਸੇ ਕਿਵੇਂ ਆਪਣੇ ਆਪ ਨੂੰ ਪਲੇਸ ਕਰਨਾ ਹੈ ਕਿਉਂਕਿ ਅਲਟੀਮੇਟ ਏਮ ਤਾਂ ਸਾਡਾ ਇਹੀ ਹੈ ਨਾ ਇਕਨੋਮੀ ਹੁੰਦਾ ਹੈ ਇਕਨੋਮਿਕ ਬੈਨੀਫਿਟਸ ਇਕਨੋਮਿਕ ਇੰਟਰਸਟ ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਉਸ ਦੇ ਆਲੇ ਦੁਆਲੇ ਘੁੰਮਦੀਆਂ ਨੇ ਨਾ ਜੀਓ ਪੋਲਿਟੀਕਲ ਇੰਟਰਸਟ ਹੈ ਸਾਡਾ ਜਾਂ ਹੋਰ ਕੁਝ ਵੀ ਹੈ ਤੇ ਜਿਹੜੇ ਪੋਲਿਟੀਕਲ ਸਾਡੇ ਇੰਟਰਸਟ ਵੀ ਹੈ ਉਹ ਵੀ ਤਾਂ ਅਲਟੀਮੇਟਲੀ ਇਕਨੋਮਿਕ ਇੰਟਰਸਟ ਦੇ ਨਾਲ ਹੀ ਵਰਣ ਹੁੰਦੇ ਨੇ ਸੋ ਮੈਨੂਅਲ ਲੱਗਦਾ ਜੀ ਗਲੋਬਲ ਸਿਚੁਏਸ਼ਨ ਇਸ ਕਿਸਮ ਦੀ ਹੈ ਜਿਹਦੇ ਵਿੱਚ ਸਾਰੇ ਦੇਸ਼ਾਂ ਨੂੰ ਹੀ ਪਾਲਿਸੀ ਰੀਥਿੰਕ ਕਰਨੀ ਪਊ ਦੇਖੋ ਹੁਣ ਇਸ ਵੇਲੇ ਜੀ 7 G20 ਦਾ ਲੀਡਰ ਨਹੀਂ ਲੱਭਿਆਗਾ NATO ਦੇ ਵਿੱਚ ਵੀ ਕੋਈ ਲੀਡਰਸ਼ਿਪ ਨਹੀਂਗੀ UN ਦੇ ਵਿੱਚ ਕੋਈ ਲੀਡਰਸ਼ਿਪ ਨਹੀਂ WTO ਟੁੱਟਣ ਦੇ ਕਿਨਾਰੇ ਹੋਇਆ ਪਿਆ ਹੈਗਾ ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈਗਾ ਰੀਅਡਜਸਟਮੈਂਟਸ ਹੋਣੀਆਂ ਨੇ ਬਹੁਤ ਤੇ ਕੈਨੇਡਾ ਨੇ ਕਿਵੇਂ ਪਲੇਸ ਕਰਨਾ ਇੱਥੇ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਸੋ ਤੁਹਾਨੂੰ ਲੱਗਦਾ ਕਿ ਜੋ ਇਹ ਵਾਅਦੇ ਕੀਤੇ ਜਾ ਰਹੇ ਨੇ ਇਹਨਾਂ ਨੂੰ ਇੰਪਲੀਮੈਂਟ ਕਰਨਾ ਇੰਨਾ ਸੌਖਾ ਨਹੀਂ ਹੋਏਗਾ ਨਹੀਂ ਬਹੁਤ ਔਖਾ ਹੈਗਾ ਮੈਂ ਕਹਿੰਦਾ ਬਿਲਕੁਲ ਸਾਰਾ ਕੁਝ ਚੇਂਜ ਹੋ ਰਿਹਾ ਹੈ ਵੇਟ ਐਂਡ ਵਾਚ ਦੀ ਪਾਲਿਸੀ ਰੱਖਣੀ ਪਣੀ ਹੈ ਕੋਈ ਵੀ ਸਰਕਾਰਾਂ ਤੇ ਡਾਕਟਰ ਸਾਹਿਬ ਫੋਰਨ ਅਫੇਅਰਸ ਪਾਲਿਸੀ ਦੇ ਨਾਲ ਬਿਲਕੁਲ ਮੈਂ ਕਹੂੰਗਾ ਵੀ ਕਿਉਂ ਮਿਸ਼ਰੀ ਵਾਲੀ ਗੱਲ ਹੈ ਕਿ ਇਹ ਜੁੜੇ ਹੋਏ ਨੇ ਦੋਨੋਂ ਮੁੱਦੇ ਇੰਟਰਨੈਸ਼ਨਲ ਟ੍ਰੇਡ ਜੀ ਕਿ ਟ੍ਰੇਡ ਹੈ ਤਾਂ ਫੋਰਨ ਪੋਲਿਸੀ ਹੈ ਤੇ ਉਹਦੇ ਨਾਲ ਹੀ ਸਾਰਾ ਇੱਕ ਗੱਲਬਾਤ ਜੁੜੀ ਹੈ ਇੰਟਰਨੈਸ਼ਨਲ ਟ੍ਰੇਡ ਤੇ ਜੇ ਆਪਾਂ ਗੱਲ ਕਰੀਏ ਸ਼ੁਰੂ ਕਰਦੇ ਹਾਂ ਲਿਬਰਲ ਪਾਰਟੀ ਤੋਂ ਹੀ ਇਨਕੰਮਬੈਂਟ ਹੈ ਕਿ ਉਹ ਕਿਹੜੇ-ਕਿਹੜੇ ਵਾਅਦੇ ਕਰ ਰਹੇ ਨੇ ਦੇਖੋ ਵਾਸੂ ਜੀ ਆਪਾਂ ਟ੍ਰੇਡ ਦੀ ਗੱਲ ਕਰੀਏ ਨਾ ਤਾਂ ਆਪਣਾ ਜਿਹੜਾ ਟ੍ਰੇਡ ਹੈ ਮੁੱਖ ਤੌਰ ਤੇ ਯੂਐਸ ਨਾਲ ਹੈ 70% ਤੋਂ ਜ਼ਿਆਦਾ ਟ੍ਰੇਡ ਹੈ ਸਾਡਾ ਯੂਐਸ ਨਾਲ ਹੈ ਤੇ ਉਹਦੇ ਵਿੱਚ ਜੇ ਆਪਾਂ ਤਿੰਨ ਦੇਸ਼ ਹੋਰ ਜੋੜ ਲੀਏ ਚਾਈਨਾ ਯੂਕੇ ਤੇ ਜਾਪ ਫਿਰ ਇਹ 80% ਤੋਂ ਉੱਤੇ ਚਲੇ ਜਾਂਦਾ 83% ਦੇ ਨੇੜੇ ਚਲੇ ਜਾਂਦਾ ਹੈ ਹਾਂਜੀ ਸੋ ਸਾਡੀ ਜਿਹੜੀ ਟ੍ਰੇਡ ਹੈ ਬੜੀ ਕਨਸੈਂਟਰੇਟਡ ਹੈ ਥੋੜੇ ਜਿਹੇ ਦੇਸ਼ਾਂ ਦੇ ਵਿੱਚ ਜੇ ਪਹਿਲੇ 15 ਦੇਸ਼ ਲੈ ਲਈਏ ਸਾਡੇ ਟ੍ਰੇਡ ਪਾਰਟਨਰਸ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਵੀ ਹੈਗੇ ਦੇਸ਼ ਤਾਂ ਫਿਰ ਤਾਂ ਇਹ 95% ਦੇ ਤਕਰੀਬਨ ਚਲੇ ਜਾਂਦਾ 5% ਹੀ ਹੋਰਾਂ ਨਾਲ ਰਹਿ ਜਾਂਦਾ ਹੈਗਾ ਸੋ ਟ੍ਰੇਡ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਪੈਣਾਗਾ ਆਪਾਂ ਬਾਅਦ ਵਿੱਚ ਉੱਤੇ ਗੱਲ ਕਰਾਂਗੇ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜੀ ਲਿਬਰਲ ਨੇ ਕਿਹਾ ਵੀ ਅਸੀਂ ਜਿਹੜਾ ਇਨਵੈਸਟਮੈਂਟ ਕੈਨੇਡਾ ਐਕਟ ਅ ਵਰਨਿੰਗ ਇਕਨੋਮਿਕ ਸਕਿਉਰਿਟੀ ਥ੍ਰੈਟਸ fromParams ਫੋਰ ਜੇ ਕਿ ਉਹਨਾਂ ਨੇ ਕਿਹਾ ਵੀ ਅਸੀਂ ਫੈਡਰਲ ਹੱਬ ਬਣਾ ਦੇਣੀ ਹੈ ਬਿਜ਼ਨੈਸਸ ਦੀ ਜਿਹੜੇ ਟ੍ਰੇਡ ਐਗਰੀਮੈਂਟ ਹੈ ਜਿਹੜੇ ਉਹਨਾਂ ਨਾਲ ਉਹਨਾਂ ਤੋਂ ਬੇਨੀਫਿਟ ਲੈ ਸਕਣ। ਟ੍ਰੇਡ ਐਗਰੀਮੈਂਟ ਬਹੁਤ ਹੋਏ ਹੋਏ ਨੇ ਬੇਨੀਫਿਟ ਨਹੀਂ ਲੈ ਰਹੀ ਇਕਨੋਮੀ ਦੇ ਵਿੱਚ ਕੋਈ ਰੋਲਾ ਨਹੀਂਗਾ। ਬਿਲਕੁਲ ਸਹੀ ਗੱਲ ਹੈ ਇਹਦੇ ਲਈ ਕੋਈ ਇੰਸਟੀਚੂਨਲਾਈਜ਼ਡ ਮੈਕੈਨਿਜ਼ਮ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਬਿਜ਼ਨਸ ਹੈ ਉਹਦਾ ਫਾਇਦਾ ਲੈ ਸਕਣ ਬੜਾ ਵਧੀਆ ਇਹ ਹੈ ਜੇ ਇਸ ਨੂੰ ਕਿਸੇ ਤਰ੍ਹਾਂ ਇਹ ਇੰਸਟੀਚੂਨਲਾਈਜ਼ ਕਰ ਸਕਣ ਤਾਂ ਜੀ ਇਸੋ ਕੇ ਗੱਲ ਕਿ ਬਾਈਲੈਟਰਲ ਟ੍ਰੇਡ ਐਗਰੀਮੈਂਟ ਹੈ ਜਿਹੜਾ ਏਸ਼ੀਆ ਪੈਸੀਫਿਕ ਨੇਸ਼ਨਸ ਨਾਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਡਾਈਵਰਸਿਫਿਕੇਸ਼ਨ ਆਫ ਟ੍ਰੇਡ ਹੈ ਜਿਹੜਾ ਇਹ ਕਰਨ ਦੀ ਲੋੜ ਹੈ ਕਿ ਇਸ ਵੇਲੇ ਕਨਸੈਂਟਰੇਟਿਡ ਟ੍ਰੇਡ ਹੈ ਜਿਹੜਾ ਥੋੜੇ ਜਿਹੀ ਦੇਸ਼ਾਂ ਦੇ ਵਿੱਚ ਉਹ کارਗਰ ਨਹੀਂ ਸਾਬਤ ਹੋਊਗਾਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਕੈਨੇਡੀਅਨ ਫਾਰਮਸ ਹੈ ਜਿਹੜੀਆਂ ਇਹਨਾਂ ਨੂੰ ਜਿਹੜੀ ਪੈ ਗਈ ਫੋਰਸ ਲੇਬਰ ਹੈ ਜਿਹੜੀ ਉਹਦਾ ਬੈਨੀਫਿਟ ਨਹੀਂ ਲੈਣ ਦੇਣਾਗਾ ਜਿਵੇਂ ਬੰਗਲਾਦੇਸ਼ ਦੇ ਵਿੱਚ ਇੱਕ ਵਾਰੀ ਗੱਲ ਚੱਲੀ ਸੀ ਕਿ ਉੱਥੇ ਬੱਚਿਆਂ ਦੀ ਲੇਬਰ ਹੋ ਰਹੀ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਚਾਈਨਾ ਦੇ ਉੱਪਰ ਵੀ ਥੋੜ ਵੀ ਫੋਰਸ ਲੇਬਰ ਚਾਈਨਾ ਦੇ ਵਿੱਚ ਵੀ ਹੈ ਜੀ ਸੋ ਇਹ ਇਹਨਾਂ ਦੇ ਮੁੱਖ ਮੁੱਦੇ ਨੇ ਤੇ ਜਿਹੜਾ ਕਨਸਰਵੇਟਿਵਸ ਦਾ ਪਲੈਟਫਾਰਮ ਹੈ ਉਹ ਐਜ਼ ਅ ਦਾ ਇੰਟਰਨੈਸ਼ਨਲ ਅਫੇਅਰਸ ਪਲੈਟਫਾਰਮ ਬੜਾ ਅਗਰੈਸਿਵ ਹੈ ਤੇ ਉਹ ਕਹਿੰਦੇ ਟਰੇਡ ਦੇ ਵਿੱਚ ਵੀ ਕਹਿੰਦੇ ਬਹੁਤ ਸਾਰੇ ਚੇਂਜਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਕੋਵਿਡ-19 ਨੇ ਸਾਨੂੰ ਇਹ ਗੱਲ ਸਿਖਾਈ ਹੈ ਕਿ ਜਿਹੜੇ ਐਗਜ਼ੋਟਿਕ ਤੇ ਵਾਈਲਡ ਐਨੀਮਲਸ ਦੀ ਜਿਹੜੀ ਟਰੇਡ ਹੁੰਦੀ ਹੈ ਇੰਪੋਰਟ ਕੀਤੇ ਜਾਂਦੇ ਨੇ ਕਹਿੰਦੇ ਉਹਨਾਂ ਤੇ ਕਹਿੰਦੇ ਜੇ ਰਿਸਕ ਕੋਈ ਓਪੋਜ਼ ਕਰਦਾ ਹੋਵੇ ਤੇ ਉੱਤੇ ਬੈਨ ਲਗਾਇਆ ਜਾਏਗਾ ਕਿ ਐਗਜ਼ੋਟਿਕ ਐਨੀਮਲਸ ਇੰਪੋਰਟ ਨਹੀਂ ਕੀਤੇ ਜਾਣ ਨਾਲ ਕਹਿੰਦੇ ਕਿ ਪੀਪੀਈ ਜਿਹੜਾ ਪ੍ਰੋਟੈਕਟਿਵ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਮਾਸਕ ਹੋਗੇ ਇਹ ਕਹਿੰਦੇ ਇਹਨਾਂ ਦੇ ਉੱਤੇ ਇੰਪੋਰਟ ਇਹਨਾਂ ਨੂੰ ਇੰਪੋਰਟ ਕਰਨ ਤੇ ਕਹਿੰਦੇ ਟੈਰਿਫ ਲਗਾਈ ਜਾਏਗੀ ਤਾਂ ਕਿ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਵਧਾਈ ਜਾਵੇ। ਵਾਸੂ ਜੀ ਇਹ ਦੋਨਾਂ ਗੱਲਾਂ ਦੇ ਉੱਤੇ ਮੈਂ ਗੱਲ ਕਹਿਣੀ ਚਾਹੁੰਦਾ ਜੇ ਇਹ ਕਰਨਗੇ ਨਾ ਤਾਂ ਨੈਕਸਟ ਡੇ ਟੀਓ ਦੇ ਵਿੱਚ ਇਹਨਾਂ ਦੇ ਅਗੇਂਸਟ ਕੰਪਲੀਟ ਚਲੀ ਜਾਣੀ ਹੈ। ਹੂੰ ਇਹ ਡਬਲਿਊਟੀਓ ਦੇ ਟੈਗਰੀਮੈਂਟ ਸਾਈਨ ਕੀਤਾ ਹੋਇਆ ਸਾਡਾ ਉਹਦੇ ਨੂੰ ਕੰਟਰੈਡਿਕਟ ਕਰਦੇ ਨੇ। ਬਿਲਕੁਲ ਸਹੀ। ਤੇ ਨਾਲ ਫਿਰ ਅੱਛਾ ਅਗਲਾ ਵਾਦਾ ਵੀ ਅਜੇ ਸੁਣੋ ਫ ਕਿ ਕਹਿੰਦੇ ਕਿ ਜੇਕਰ ਕਿਸੇ ਅਜਿਹੇ ਮੁਲਕ ਤੋਂ ਇੰਪੋਰਟ ਕੀਤਾ ਜਾਂਦਾ ਕੋਈ ਸਮਾਨ ਜਿੱਥੇ ਕਾਰਬਨ ਪ੍ਰਾਈਸ ਘੱਟ ਹੈ ਜਾਂ ਨਹੀਂ ਹੈਗਾ ਤੇ ਕਹਿੰਦੇ ਉਹਨਾਂ ਤੇ ਅਸੀਂ ਕਹਿੰਦੇ ਕੋਈ ਵੱਖਰੀ ਟੈਰਿਫ ਲਗਾਵਾਂਗੇ ਸੋ ਦੈਟ ਜਿਹੜੀਆਂ ਕੈਨੇਡੀਅਨ ਕੰਪਨੀਆਂਜ਼ ਨੇ ਉਹ ਡਿਸਐਡਵਾਂਟੇਜ ਦੇ ਨਾ ਰਹੇ। ਬਸੋ ਜੀ ਇਹ ਵੀ ਪੈਰਿਸ ਐਗਰੀਮੈਂਟ ਦੇ ਵਿੱਚ ਇਨਸਰਟ ਕਰਾਉਣਾ ਪੈਣਾ। ਹੂੰ। ਸੋ ਮੈਂ ਕੁਇਕਲੀ ਸਾਰੇ ਨਾਮ ਦੱਸਦਾ ਹਾਂ ਫਿਰ ਅਪਾ ਇਹਦੇ ਨਾਲ ਗੱਲ ਕਰਦੇ ਹਾਂ। ਕਹਿੰਦੇ ਕਿ ਇੱਕ ਲਿਕੁਇਫਾਈਡ ਨੇਚਰਲ ਗੈਸ ਐਕਸਪੋਰਟ ਸਟਰੈਟਜੀ ਕਹਿੰਦੇ ਇੰਪਲੀਮੈਂਟ ਕਰਾਂਗੇ। ਐਲ ਐਨ ਜੀ ਵਾਸਤੇ ਕਹਿੰਦੇ ਇੱਕ ਸਟਰੈਟਜੀ ਲੈ ਕੇ ਆਵ ਨਾਲ ਕਹਿੰਦੇ ਕਿ ਇੱਕ ਵਾਈਟਲ ਨੈਸ਼ਨਲ ਇੰਟਰਸਟ ਕੈਟਾਗਰੀ ਡਿਵੈਲਪ ਕੀਤੀ ਜਾਏਗੀ ਜਿਹਦੇ ਵਿੱਚ ਜਿਹੜੀਆਂ ਬਹੁਤ ਵਾਈਟਲ ਚੀਜ਼ਾਂ ਜਿਵੇਂ ਕਿ ਵੈਂਟੀਲੇਟਰਸ ਹੋ ਗਏ ਜਾਂ ਮਾਸਕ ਹੋ ਗਏ ਕਹਿੰਦੇ ਉਹਨਾਂ ਨੂੰ ਡੋਮੈਸਟਿਕਲੀ ਪ੍ਰੋਡਿਊਸ ਕੀਤਾ ਜਾਏਗਾ ਸੋ ਇਹ ਕੈਟਾਗਰੀ ਇੱਕ ਡਿਵੈਲਪ ਕੀਤੀ ਜਾਏਗੀ ਫਿਰ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਲਿਬਰਲਸ ਨੇ ਕਿਹਾ ਕਿ ਇਨਵੈਸਟਮੈਂਟ ਕੈਨੇਡਾ ਐਕਟ ਨੂੰ ਹੋਰ ਸਟਰੈਂਥਨ ਕਰਾਂਗੇ ਲਿਬਰਲਸ ਨੇ ਕਿਹਾ ਸੀ ਕਿ ਅਸੀਂ ਉਹਨੂੰ ਕਰਾਂਗੇ ਸਿਕਿਉਰਿਟੀ ਥ੍ਰੈਟਸ ਦੇ ਹਵਾਲੇ ਤੋਂ ਉਹਨੂੰ ਸਟਰੈਂਥਨ ਕੀਤਾ ਜਾਏਗਾ ਇਹ ਕਹਿੰਦੇ ਕਿ ਆਫਰੇਟ ਬੜੀਆਂ ਖਬਰਾਂ ਆਈਆਂ ਨਾ ਕਿ ਬਹੁਤ ਸਾਰੀਆਂ ਚਾਈਨੀਜ਼ ਐਂਟੀਟੀਆਂ ਨੇ ਕੈਨੇਡੀਅਨ ਕੰਪਨੀਆਂ ਨੂੰ ਟੇਕਓਵਰ ਕਰ ਲਿਆ ਤੇ ਜਦੋਂ ਪਰਤਾਂ ਫਰੋਲ ਕੇ ਦੇਖਿਆ ਗਿਆ ਤੇ ਪਤਾ ਲੱਗਿਆ ਵੀ ਇਹ ਤਾਰ ਤਾਂ ਸਿੱਧੇ ਚਾਈਨਾ ਦੀ ਸਟੇਟ ਦੇ ਨਾਲ ਜਾ ਕੇ ਜੁੜਦੇ ਨੇ ਕਹਿੰਦੇ ਅਸੀਂ ਇਹਦਾ ਇਸ ਪੱਖੋਂ ਕਹਿੰਦੇ ਰਿਵਿਊ ਕਰਾਂਗੇ ਇਨਵੈਸਟਮੈਂਟ ਕੈਨੇਡਾ ਐਕਟ ਦਾ ਤਾਂ ਕਿ ਇਹ ਜਿਹੇ ਕੰਮ ਨਾ ਹੋਣ ਇੱਕ ਕਹਿੰਦੇ ਕਿ ਅਸੀਂ ਇੱਕ ਨਵਾਂ ਟ੍ਰੇਡ ਐਗਰੀਮੈਂਟ ਬਣਾਵਾਂਗੇ ਜਿਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਕੇ ਕੈਨੇਡਾ ਦੇ ਨਾਲ ਸ਼ਾਮਲ ਹੋਣਗੇ ਕੈਨਜ਼ੁਕ ਉਹਨੂੰ ਕਿਹਾ ਜਾਂਦਾ ਤੇ ਇੱਕ ਇਹਨਾਂ ਨੇ ਆਪਣੇ ਪਲੇਟਫਾਰਮ ਦੇ ਵਿੱਚ ਥੱਲੇ ਜਾ ਕੇ ਲਿਖਿਆ ਕਿ ਰੀਜ਼ਿਊਮ ਫ੍ਰੀ ਟ੍ਰੇਡ ਟਾਕਸ ਵਿਦ ਇੰਡੀਆ ਕਿ ਭਾਰਤ ਦੇ ਨਾਲ ਵੀ ਜਿਹੜੀਆਂ ਫ੍ਰੀ ਟ੍ਰੇਡ ਟਾਕਸ ਪਹਿਲਾਂ ਚੱਲਦੀਆਂ ਸੀ ਤੇ ਜਸਟ ਇਨਟ੍ਰੋਡ 2009 ਦੀਆਂ ਸ਼ੁਰੂ ਹੋਈਆਂ ਸੀ ਜਿਹੜੀਆਂ ਭਾਰਤ ਨਾਲ ਗੱਲਾਂ ਚੱਲ ਰਹੀਆਂ ਨੇ ਇਹਦੇ ਵਿੱਚ ਕੀ ਹੈ ਵੀ ਜਿਹੜਾ ਕੈਨੇਡਾ ਜਿਹੜਾ ਕੈਨੇਡਾ ਨੂੰ ਤਾਂ ਦੇਣ ਲਈ ਕੁਝ ਨਹੀਂ ਐਨੇ ਕੰਸੈਸ਼ਨ ਪਹਿਲਾਂ ਹੀ ਭਾਰਤ ਨੂੰ ਦੇ ਹੀ ਬੈਠਾ ਹੈ ਤੇ ਭਾਰਤ ਜਿਹੜਾ ਉਹ ਕੋਈ ਵੀ ਆਪਣੇ ਗਰਾਉਂਡ ਛੱਡਣੀ ਨਹੀਂ ਚਾਹੁੰਦਾਗਾ ਉਹ ਕੰਸੈਸ਼ਨ ਜਿਹੜੇ ਹੈਗੇ ਕੈਨੇਡਾ ਜੋ ਮੰਗ ਰਿਹਾ ਉਹ ਦੇਣੀ ਨਹੀਂ ਚਾਹੁੰਦਾ ਇਸੇ ਕਰਕੇ ਡੈਡਲੌਕ ਹੈ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਡੈਡਲੌਕ ਸੋ ਉਹ ਕਹਿੰਦੇ ਰੀਜ਼ਿਊਮ ਕਰਾਂਗੇ ਗੱਲਬਾਤ ਤਾਂ ਕਹਿੰਦੇ ਸ਼ੁਰੂ ਕਰਾਂ ਤੇ ਲੰਬੇ ਸਮੇਂ ਦੌਰਾਨ ਉਹ ਕਾਫੀ ਇੰਡੀਆ ਤੇ ਕੈਨੇਡਾ ਰਿਲੇਸ਼ਨਸ ਕਾਫੀ ਫ੍ਰੀਜ਼ ਹੋ ਗਏ ਸੀ ਇੱਕ ਤਰੀਕੇ ਨਾਲ ਸਪੈਸ਼ਲੀ ਆਫਟਰ ਦਾ 2014 ਮੋਦੀ ਸਾਹਿਬ ਬਹੁਤ ਲਿਬਰਲ ਹੋਏ ਨੇ ਨਾ ਬਾਹਰਲੇ ਲਈ ਤਾਂ ਹੂੰ ਅੰਦਰਲੇ ਲਈ ਵੱਖਰੀ ਗੱਲ ਹੈ ਵੀ ਕੀ ਹੈ ਸੋ ਆਪਾਂ ਇਹ ਵਾਸੂਜੀ ਐਨਡੀਪੀ ਦੇ ਪਲੇਟਫਾਰਮ ਤੇ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਟਰਾਂਸਪੈਰੈਂਸੀ ਲਿਆਵਾਂਗੇ ਜਿਹੜੇ ਟ੍ਰੇਡ ਐਗਰੀਮੈਂਟ ਆ ਉਹ ਬਿਲਕੁਲ ਲੋਕਾਂ ਨੂੰ ਸਮਝ ਆ ਸਕਣ ਜਿਹੜੇ ਟਰੇਡਰਸ ਨੇ ਜਾਂ ਪ੍ਰੋਡਿਊਸਰਸ ਨੇ ਜਾਂ ਜਿਨ੍ਹਾਂ ਨੂੰ ਐਕਸਪੋਰਟ ਇੰਪੋਰਟ ਕਰਨੀ ਹੈ ਉਹਨਾਂ ਨੂੰ ਬਿਲਕੁਲ ਸਮਝ ਆ ਜਾਣਾ ਇੱਕ ਇਹਨਾਂ ਨੇ ਕਿਹਾ ਵੀ ਅਸੀਂ ਯੂਆਰਐਨ ਡੈਕਲੇਰੇ ਟ੍ਰੇਡ ਡੀਲਸ ਦੀ ਤੇ ਉਹਦੇ ਚ ਰਾਈਟਸ ਆਫ ਇੰਡੀਜਨਸ ਪੀਪਲ ਆ ਜਿਹੜੇ ਉਸ ਨੂੰ ਇਨਸ਼ੋਰ ਕਰਾਂਗੇ ਨਾਲ ਹੀ ਇਹਨਾਂ ਨੇ ਕਿਹਾ ਵੀ ਕੈਨੇਡਾ ਦਾ ਟ੍ਰੇਡ ਆ ਜਿਹੜਾ ਇਹਨੂੰ ਮਾਡਰਨਾਈਜ਼ ਕਰਾਂਗੇ ਹੁਣ ਮਾਡਰਨਾਈਜੇਸ਼ਨ ਦੇ ਅੰਡਰ ਤਾਂ ਜੋ ਕੁਝ ਮਰਜੀ ਤੁਸੀਂ ਲੈ ਆਓ ਬੜਾ ਵੱਡਾ ਇਹ ਇੱਕ ਹੈ ਤਾਂ ਕਿ ਯੂਨੀਅਨਸ ਦਾ ਜਿਹੜਾ ਇੱਕ ਨਾਲ ਇਹਨਾਂ ਨੇ ਗੱਲ ਕੀਤੀ ਹੈਗੀ ਐਂਡ ਇਨਸ਼ੋਰ ਥੈਟ ਯੂਨੀਅਨਸ ਹੈਵ ਫੁੱਲ ਸਟੈਂਡਿੰਗ ਇਨ ਕੇਸਸ ਐਂਡ ਅਬਿਲਟੀ ਟੂ ਇੰਟੀਮੇਟ ਟ੍ਰੇਡ ਡਿਸਪਿਊਟਸ ਸੋ ਜੇ ਕਿਸੇ ਤਰ੍ਹਾਂ ਦਾ ਯੂਨੀਅਨਸ ਦਾ ਬਹੁਤ ਇਹਦੇ ਵਿੱਚ ਵਾਸੂ ਜੀ ਸਮਝਣ ਦੀ ਲੋੜ ਹੈ ਯੂਨੀਅਨ ਕਿਹੋਲੀ ਹੁੰਦੀ ਹੈ ਇਹਨਾਂ ਨੇ ਕਿਉਂਕਿ ਐਨਡੀਪੀ ਯੂਨੀਅਨ ਬੇਸਡ ਪਾਰਟੀ ਹੈ ਤਕਰੀਬਨ ਯੂਨੀਅਨਸ ਦੀ ਪੈਕ ਇਹਨਾਂ ਨੂੰ ਬਹੁਤ ਸਪੋਰਟ ਹੈ ਤਾਂ ਯੂਨੀਅਨਸ ਕੀ ਨੇ ਯੂਨੀਅਨਸ ਦੇਖਦੀਆਂ ਨੇ ਵੀ ਕਿਹੜੇ ਏਰੀਆ ਦੇ ਵਿੱਚ ਜੇ ਕੋਈ ਬੋਰਲ ਇਨਵੈਸਟਮੈਂਟ ਹੁੰਦੀ ਹੈ ਜਾਂ ਬਾਹਰੋਂ ਇੰਪੋਰਟ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਫੈਕਟਰੀ ਜੇ ਬੰਦ ਹੁੰਦੀ ਹੈ ਜਾਂ ਇੰਡਸਟਰੀ ਬੰਦ ਹੁੰਦੀ ਹੈ ਤਾਂ ਲੇਬਰ ਲੇਆਉਟ ਹੁੰਦੀ ਹੈ ਸੋ ਯੂਨੀਅਨ ਦਾ ਇੰਟਰਸਟ ਹੈ ਸੋ ਇਹਨਾਂ ਨੇ ਕੇਵੀਐਸੀ ਯੂਨੀਅਨ ਨੂੰ ਸੁਣਿਆ ਕਰਾਂਗੇ ਤਾਂ ਕਿ ਕੋਈ ਅਸੀਂ ਇਹੋ ਜਿਹਾ ਐਗਰੀਮੈਂਟ ਨਾ ਕਰ ਲਈਏ ਜਿਹਦੇ ਨਾਲ ਜਿਹੜੀ ਕੈਨੇਡੀਅਨ ਲੇਬਰ ਡਾਕਟਰ ਸਾਹਿਬ ਗ੍ਰੀਨ ਪਾਰਟੀ ਦਾ ਪਲੈਟਫਾਰਮ ਵੀ ਦੱਸ ਦਿਓ ਕਵਿਕਲੀ ਕੀ ਕਹਿੰਦਾ ਉਹ ਉਹਨਾਂ ਨੇ ਇੱਕ ਤਾਂ ਕਿਹਾ ਵੀ ਉਹ ਹੀ ਕਾਰਬਨ ਅਡਜਸਟਮੈਂਟ ਹੈ ਜਿਹੜਾ ਉਹ ਉਹ ਵਾਸੂ ਜੀ ਇਹ ਹੈਗਾ ਅੱਪ ਅੱਗੇ ਵੀ ਗੱਲ ਕੀਤੀ ਹੈ ਵੀ ਜੇ ਕਿਸੇ ਦੇਸ਼ ਦੇ ਵਿੱਚ ਕੋਈ ਕਾਰਬਨ ਟੈਕਸ ਨਹੀਂਗਾ ਫਰਜ਼ ਕਰੋ 5 ਸੈਂਟ 7 ਸੈਂਟ ਸਾਡੇ ਲੱਗਿਆ ਹੋਇਆ ਹੈ ਬਾਹਰ ਕਿਤੇ ਲੱਗਿਆ ਨਹੀਂ ਹੋਇਆ ਜਿਹੜੀ ਉੱਥੋਂ ਚੀਜ਼ ਆਉਂਦੀ ਉਹਦੇ ਤੇ ਤੁਸੀਂ ਉਹ 7% ਟੈਰਫ ਲਾ ਦਿਓ ਜਿਹਨੂੰ ਤੁਸੀਂ ਕਾਰਬਨ ਅਡਜਸਟਮੈਂਟ ਟੈਰਫ ਕਹਦੇ ਹੋ ਜਾਂ ਕਾਰਬਨ ਅਡਜਸਟਮੈਂਟ ਕੁਝ ਵੀ ਕਹਦੇ ਹੋ ਉਹ ਲਾ ਦਿਓ ਇੱਕ ਤਾਂ ਉਹਨਾਂ ਨੇ ਇਹ ਕਿਹਾ ਹੈ ਕਲਾਈਮੇਟ ਨਾਲ ਹੀ ਹੈਗਾ ਇਕ ਉਹਨਾਂ ਨੇ ਕਿਹਾ ਫ੍ਰੀ ਟ੍ਰੇਡ ਦੀ ਜਗ੍ਹਾ ਤੇ ਫੇਅਰ ਟ੍ਰੇਡ ਕਰੋ ਹੂੰ ਹੁਣ ਫ੍ਰੀ ਤੇ ਫੇਅਰ ਟ੍ਰੇਡਰ ਦੇ ਵਿੱਚ ਫਰਕ ਹੈ ਹੂੰ ਫੇਅਰ ਟ੍ਰੇਡ ਦੇ ਵਿੱਚ ਤਾਂ ਇਹ ਵੀ ਉੱਥੇ ਪ੍ਰੋਡਿਊਸ ਕਿਵੇਂ ਹੋਈ ਹੈ ਚੀਜ਼ ਉਹ ਵੀ ਦੇਖੋ ਹਿਊਮਨ ਰਾਈਟਸ ਦਾ ਵੀ ਧਿਆਨ ਰੱਖੋ ਹਿਊਮਨ ਰਾਈਟਸ ਦਾ ਧਿਆਨ ਰੱਖੋ এনਵਾਇਰਨਮੈਂਟ এনਵਾਇਰਨਮੈਂਟ ਦਾ ਵੀ ਧਿਆਨ ਰੱਖੋ ਔਰ ਹੋਰ ਵੀ ਜਿੰਨੇ ਹਿਮਨਟੇਰੀਅਨ ਇਸ਼ੂਜ਼ ਨੇ ਸਾਰਿਆਂ ਦਾ ਖਿਆਲ ਰੱਖਿਆ ਜਾਵੇ ਉਹਦੇ ਵਿੱਚ ਇਹ ਹੈ ਇੱਕ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ ਜਿਹੜਾ ਅ ਫੈਡਰਲ ਸਪੋਰਟ ਹੈ ਜਿਹੜੀ ਐਕਸਪੋਰਟ ਆਰਮਸ ਤੇ ਫੌਸਲ ਫਿਊਲਸ ਹੈ ਜਿਹੜੀ ਐਕਸੈਪਟ ਦਾ ਪ ਪੀਸਕੀਪਿੰਗ ਲਈ ਤਾਂ ਤੁਸੀਂ ਹਥਿਆਰ ਦੇ ਸਕਦੇ ਹੋ ਜਾਂ ਫੌਜ ਦੇ ਸਕਦੇ ਹੋ ਆਦਰਵਾਇਜ਼ ਤੁਸੀਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਉਹ ਵੀ ਜਿਹੜੀ ਆਪਣੀ ਗੱਲ ਪਹਿਲਾਂ ਕੀਤੀ ਆਪਾਂ ਜਿਸ ਤਰ੍ਹਾਂ ਸੌਦੀ ਅਰੇਬੀਆ ਦੀ ਗੱਲ ਆਈ ਹੈ ਐਨਡੀਪੀ ਬੜੇ ਜ਼ੋਰ ਸ਼ੋਰ ਨਾਲ ਉਠਾਰੀ ਆਪਣੇ ਇੱਥੇ ਜਿਹੜੀ ਸੀ ਸਰੀ ਦੀ ਵੀ ਜਦੋਂ ਡਿਬੇਟ ਹੋਈ ਉਹਦੇ ਚ ਉਹਨਾਂ ਨੇ ਇਹ ਗੱਲ ਕੀਤੀ ਹੈ ਸੋ ਇਹ ਇਹਨਾਂ ਦਾ ਹੈਗਾ ਜਿਹੜਾ ਜਿਹੜਾ ਪਲੈਟਫਾਰਮ ਦੇ ਉੱਪਰ ਗੱਲ ਹੋ ਰਹੀ ਹੈ ਸੋ ਮੇਰੇ ਖਿਆਲ ਦੇ ਵਿੱਚ ਕਾਫੀ ਰਲਦੇ ਮਿਲਦੇ ਨਹੀਂ ਸਾਰੇ ਸ਼ਬਦਾਂ ਦੀ ਹੇਰਫੇਰ ਹੈ ਕੰਸਰਵੇਟਿਵਸ ਤੋਂ ਡੇ ਅਗਰੈਸਿਵ ਨੇ ਸਾਰਿਆਂ ਨਾਲੋਂ ਮੈਨੂੰ ਲੱਗਿਆ ਹਾਂ ਉਹਨਾਂ ਦੀ ਵਰਡਿੰਗ ਅਗਰੈਸਿਵ ਹੈ ਵਰਡਿੰਗ ਅਗਰੈਸਿਵ ਹੈ ਵਰਡਿੰਗ ਅਗਰੈਸਿਵ ਹੈ ਤੇ ਪ੍ਰੋਫੈਸਰ ਸਾਹਿਬ ਤੁਸੀਂ ਪਹਿਲਾਂ ਥੋੜਾ ਜ਼ਿਕਰ ਵਿੱਚ ਕੀਤਾ ਹੀ ਹੈ ਜਦੋਂ ਮੈਂ ਕੰਸਰਵੇਟਿਵਸ ਦਾ ਪਲੈਟਫਾਰਮ ਦੱਸ ਰਿਹਾ ਸੀ ਕਿ ਇਹ ਬਹੁਤੇ ਪ੍ਰੈਕਟੀਕਲ ਨਹੀਂ ਹੈਗੇ ਇਹਨਾਂ ਦੇ ਵਾਦੇ ਸੋ ਹੁਣ ਤੁਸੀਂ ਜੇ ਥੋੜਾ ਡੀਟੇਲਸ ਨਾਲ ਦੱਸੋ ਕਿ ਇਹ ਪ੍ਰੈਕਟੀਕਲ ਕਿਉਂ ਨਹੀਂ ਨੇ ਇੰਟਰਨੈਸ਼ਨਲ ਜਿਹੜੇ ਤੁਸੀਂ ਕਿਹਾ ਵੀ ਡਬਲਿਊਟੀਓ ਦੇ ਜਿਹੜੇ ਇੰਟਰਨੈਸ਼ਨਲ ਐਗਰੀਮੈਂਟਸ ਨੇ ਉਹਨਾਂ ਵਿੱਚ ਚੇਂਜਸ ਕਰਨੇ ਪੈਣਗੇ ਤੇ ਕਿਹੋ ਜਿਹੇ ਚੇਂਜਸ ਕਰਨ ਉਦੇ ਵਿੱਚ ਕੋਈ ਵੀ ਡਿਸਪਿਊਟ ਹੁੰਦਾ ਹੈਗਾ ਤੁਸੀਂ ਲੱਗਦਾ ਹੈ ਤਾਂ ਤੁਸੀਂ WTO ਕੋਲ ਜਾ ਸਕਦੇ ਹੋ WTO ਦਾ ਜਿਹੜਾ ਐਡਜੂਡੀਕੇਸ਼ਨ ਪੈਨਲ ਹੈ ਉਹ ਤੁਹਾਨੂੰ ਦੋਨੋਂ ਧਿਰਾਂ ਨੂੰ ਸੁਣ ਕੇ ਉਹਨਾਂ ਕੋਲ ਐਕਸਪਰਟਸ ਨੇ ਉਹਨਾਂ ਦੀ رائے ਲੈ ਕੇ ਉਹਨੂੰ ਫੈਸਲਾ ਕਰੂਗਾ ਸੋ ਅਸੀਂ ਫ੍ਰੀ ਟ੍ਰੇਡ ਨੂੰ ਵਾਇਓਲੇਟ ਨਹੀਂ ਕਰ ਸਕਦੇ ਫ੍ਰੀ ਟ੍ਰੇਡ ਪ੍ਰਿੰਸੀਪਲਸ ਨੇ ਜਿਹੜੇ ਸੋ ਕੋਈ ਵੀ ਪਾਰਟੀ ਜੋ ਕਰਨ ਦੀ ਕੋਸ਼ਿਸ਼ ਕਰੋਗੀ ਤਾਂ ਜਿਹੜੇ ਦੂਸਰੇ ਨੇ ਆਪੋਨੈਂਟਸ ਨੇ ਜਿਨ੍ਹਾਂ ਦਾ ਟ੍ਰੇਡ ਹਾਰਟ ਹੁੰਦਾ ਜੋ ਕੈਨੇਡਾ ਯੂਐਸ ਦਾ ਲੰਬਾ ਡਿਸਪਿਊਟ ਨੂੰ ਲੈ ਕੇ ਹੋ ਰਿਹਾ ਉਹ ਡਿਸਪਿਊਟ ਨੂੰ ਹੋ ਰਿਹਾ ਹੋਰ ਬਥੇਰੀਆਂ ਚੀਜ਼ਾਂ ਦੇ ਵਿੱਚ ਐਸਬੈਸਟੋਸ ਦਾ ਕੇਸ ਸੀ ਫਰਾਂਸ ਦਾ ਤੇ ਚਾਹੇ ਕੈਨੇਡਾ ਦਾ ਕਿੰਨਾ ਚਿਰ ਚੱਲਦਾ ਰਿਹਾ ਹੈ ਮੇਰਾ ਖਿਆਲ ਹਜ਼ਾਰਾਂ ਹੀ ਕੇਸ ਹੈ ਦੋ ਕੇਸ ਤਾਂ ਇਸ ਵੇਲੇ ਕੈਨੇਡਾ ਦੇ ਚੱਲ ਰਹੇ ਹੈ ਯੂਐਸ ਦੇ ਅਗੇਂਸਟ ਤਿੰਨ ਯੂਐਸ ਦੇ ਕੈਨੇਡਾ ਅਗੇਂਸਟ ਚੱਲ ਰਹੇ ਤੇ ਸੋ ਇਹ ਸਾਰੀਆਂ ਚੀਜ਼ ਹੈ ਹੁਣ ਜਿਹੜੀ ਸਭ ਗੱਲ ਹੈ ਇੱਕ ਤਾਂ ਇਹ ਵੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਫੋਰਨ ਪੋਲਿਸੀ ਗੱਲ ਕਰਦੇ ਸੀ ਜਿਹੜੀ ਬਾਈਡਨ ਦਾ ਨਾ ਜ ਉਹ ਬੜੀ ਵੱਡੀ ਹੈ ਕਿ ਕੈਨੇਡਾ ਨਾਲ ਕਿਸ ਤਰ੍ਹਾਂ ਉਹ ਵਿਹਾਰ ਕਰਦੇ ਨੇ ਉਹਦੇ ਵਿੱਚ ਜੀ ਇਹ ਬੜਾ ਬੜਾ ਕਿਉਂਕਿ ਅਸੀਂ 트ੰਪ ਨੂੰ ਕਹਿੰਦੇ ਸੀ ਕਿ ਅਮਰੀਕਨ ਐਕਸੈਪਸ਼ਨਲਿਜ਼ਮ ਦੀ ਗੱਲ ਕਰਦਾ ਹੈਗਾ ਉਹ ਜਾਂ ਅਮਰੀਕਾ ਫਰਸਟ ਦੀ ਗੱਲ ਕਰਦਾ ਹੁਣ ਇਹ ਤਾਂ ਉਸ ਤੋਂ ਵੀ ਅੱਗੇ ਚੱਲ ਗਏ ਏਜੰਡਾ ਤਾਂ ਜੀ ਬਾਈ ਅਮਰੀਕਨ ਏਜੰਡਾ ਬਾਈ ਅਮਰੀਕਨ ਬਾਈ ਅਮਰੀਕਨ ਏਜੰਡਾ ਮੈਨੂੰ ਯਾਦ ਹੈ ਜਦੋਂ ਜਸਟਿਨ ਟ੍ਰੂਡੋ ਦੀ ਪਹਿਲੀ ਵਾਰ ਮੁਲਾਕਾਤ ਹੋਈ ਜੋ ਬਾਈਡਨ ਦੇ ਨਾਲ ਉਦੋਂ ਜਸਟਿਨ ਟ੍ਰੂਡੋ ਨੇ ਇਹ ਗੱਲ ਕਹੀ ਸੀ ਬਾਈਡਨ ਨੂੰ ਕਿ ਇਹਦੇ ਵਿੱਚ ਕੈਨੇਡਾ ਨੂੰ ਵੀ ਸ਼ਾਮਲ ਕੀਤਾ ਜਾਵੇ ਕਿ ਬਾਈ ਅਮਰੀਕਨ ਜਦੋਂ ਤੁਸੀਂ ਕਹਿੰਦੇ ਹੋ ਤੇ ਉਹ ਉਹਨੂੰ ਇਹ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ ਇਹ ਤਾਂ ਬਹੁਤ ਵੱਡਾ ਸਵਾਲ ਨਹੀਂ ਉਹਦੇ ਵਿੱਚ ਫਿਰ ਕੀ ਹੈ ਵਾਸੂ ਜੀ ਹੁੰਦਾ ਕੀ ਹੈ ਸਰਕਾਰਾਂ ਦੇ ਲੌਬਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਕੰਪਨੀਆਂ ਵੱਲੋਂ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਵੀ ਤੁਸੀਂ ਕਿਹਾ ਅਮਰੀਕਾ ਫਰਸਟ ਤੇ ਆ ਤਾਂ ਚੈਕ ਕੈਨੇਡਾ ਫਰਸਟ ਹੋਈ ਜਾਂਦਾ ਹੈ ਕਿ ਸੋ ਉਸ ਕਰਕੇ ਉਹਨੂੰ ਟੈਕਲ ਕਰਨਾ ਬਹੁਤ ਔਖਾ ਹੈ ਔਰ ਜਾਂ ਫਿਰ ਕੰਪਨੀਆਂ ਕਿ ਕੈਨੇਡੀਅਨ ਗਵਰਨਮੈਂਟ ਤੋਂ ਕੰਸੈਸ਼ਨ ਮੰਗਣਗੀਆਂ ਕੋਈ ਨਾ ਕੋਈ ਉਸ ਦੇ ਇਵਜ਼ ਦੇ ਵਿੱਚ ਜੀ ਇਸ ਤੋਂ ਅੱਗੇ ਜੇ ਚਾਈਗੀ ਨਾ ਪਤਾ ਇੱਕ ਜਿਹੜਾ ਯੂ ਐਸ ਲੰਬਰ ਡਿਸਪਿਊਟ ਵੀ ਰਿਹਾ ਹੈ ਸਟੀਲ ਦਾ ਵੀ ਐਲੂਮੀਨੀਅਮ ਵੀ ਹੈ ਉਹ ਵੀ ਹਾਲਤ ਵਿੱਚ ਉਸੇ ਤਰ੍ਹਾਂ ਖ ਯੂਐਸਐਮਸੀ ਕੇ ਲਈ ਜਨਕਸਮਾ ਕਹਿ ਲਿਏ ਦੋਨਾਂ ਪਾਸੇ ਗੱਲ ਤਾਂ ਇੱਕੋ ਹੀ ਹੈ ਹਾਂਜੀ ਉਹਨਾਂ ਦੇ ਵਿੱਚ ਵੀ ਹਾਲਤਾਂ ਹੀ ਬਹੁਤ ਸਾਰੀਆਂ ਮਦਦਾਂ ਜਿਹੜੀਆਂ ਲਾਗੂ ਹੋਣ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਹਮਮ ਹਮ ਸਾਇਨ ਬੇਸ਼ੱਕ ਹੋ ਚੁੱਕਿਆ ਹੈਗਾ ਹਮਮ ਹਮ ਇਸ ਤੋਂ ਇਲਾਵਾ ਜਿਹੜਾ ਮੈਂ ਜਿਹੜੀ ਗੱਲ ਦੇਖੀ ਹੈ ਟਰੇਡ ਇਨ ਸਰਵਿਸਸ ਜਿਹੜਾ ਹਮਮ ਇਹ ਕੈਨੇਡਾ ਦੇ ਬਹੁਤ ਹੱਕ ਜੀ ਇਹਦੀ ਗੱਲ ਕਿਸੇ ਨੇ ਵੀ ਨਹੀਂ ਕੀਤੀ ਹਮ ਕਿ ਗੁੱਡਸ ਦੀ ਗੱਲ ਹੋ ਰਹੀ ਸਰਵਿਸਸ ਦੀ ਗੱਲ ਹੋਈ ਹੈ ਟਰੇਡ ਨੂੰ ਸਰਵਿਸਸ ਨੂੰ ਕਿਸ ਤਰ੍ਹਾਂ ਸੀ ਤੇ ਇੱਕ ਲਾਸਟ ਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਕੈਨੇਡਾ ਇਮੀਗ੍ਰੇਸ਼ਨ ਇੰਨੀ ਕਰ ਰਿਹਾ ਹੈ ਅਮਰੀਕਾ ਇੰਪੋਰਟ ਆਫ ਬ੍ਰੇਨਸ ਕਰ ਰਿਹਾ ਹੈ ਜੀ ਕੈਨੇਡਾ ਨੇ ਉਸ ਢੰਗ ਦੀ ਆਪਦੀ ਪਾਲਿਸੀ ਇਮੀਗ੍ਰੇਸ਼ਨ ਪਾਲਿਸੀ ਤੇ ਜਿਹੜੀ ਇਹਨਾਂ ਦੀ ਗਲੋਬਲ ਪਾਲਿਸੀ ਹੈ ਜਿਹੜੀ ਫੋਰਨ ਪਾਲਿਸੀ ਹੈ ਤੇ ਟ੍ਰੇਡ ਪਾਲਿਸੀ ਤਿੰਨਾਂ ਨੂੰ ਰਲਾ ਕੇ ਦੇਖਣਾ ਚਾਹੀਦਾ ਹੈਗਾ ਕਿ ਅਸੀਂ ਬਾਹਰੋਂ ਕੋਈ ਬਹੁਤ ਵੱਡੇ ਜਿਹੜੇ ਕਿਉਂਕਿ ਇਸ ਵੇਲੇ ਇੱਕ ਟੈਕਨੋਲੋਜੀਕਲ ਹੱਬ ਬਣਨ ਦਾ ਕੈਨੇਡਾ ਤੇ ਪੋਟੈਂਸ਼ੀਅਲ ਬਹੁਤ ਹੈ ਸੋ ਉਸ ਕਿਉਂਕਿ ਟੈਕਨੋਲੋਜੀਕਲੀ ਅਸੀਂ ਬਹੁਤ ਪਿੱਛੇ ਰਹਿ ਚੁੱਕੇ ਹਾਂ ਸਾਡੇ ਕੋਲ ਇਮੀਗ੍ਰੇਸ਼ਨ ਇੰਨੀ ਆ ਰਹੀ ਆ ਅਸੀਂ ਟੈਕਨੀਕਲ ਪਰਸਨ ਨੂੰ ਸੱਦ ਕੇ ਤੇ ਟੈਕਨੋਲੋਜੀ ਨੂੰ ਜੇ ਆਪਾਂ ਹੱਬ ਬਣਾ ਲਈਏ ਸਿਲੀਕਨ ਸਾਡੇ ਨਾਲ ਕਿੰਨਾ ਵੱਡਾ ਬਣਿਆ ਬੈਠਾ ਹੁਣ ਇੱਥੇ ਕੈਨੇਡਾ ਦੀ ਮਤਲਬ ਤਾਂ ਟਰੈਜੇਡੀ ਇਹ ਹੈ ਕਿ ਇੱਥੇ ਟੈਕਨੋਲੋਜੀਕਲ ਜਿਹੜੇ ਲੋਕ ਜਿਵੇਂ ਤੁਸੀਂ ਕਿਹਾ ਪੜੇ ਲਿਖੇ ਲੋਕ ਐਕਸਪ੍ਰੈਸ ਐਂਟਰੀ ਰਾਹੀਂ ਆਤਾ ਰਹੇ ਨੇ ਪਰ ਉਹਨਾਂ ਦੀ ਕ੍ਰੈਂਸ਼ੀਅਨਸ ਨੂੰ ਮੰਨਤਾ ਨਹੀਂ ਮਿਲ ਰਹੀ ਉਹ ਇੱਥੇ ਬੱਸਾਂ ਚਲਾ ਰਹੇ ਨੇ ਟੈਕਸੀਆਂ ਚਲਾ ਰਹੇ ਨੇ ਨਹੀਂ ਜਦੋਂ ਉਹ ਦੇਖਦੇ ਆਵੇ ਕਿ ਇੰਜੀਨੀਅਰ ਜਾਂ ਇੱਕ ਡਾਕਟਰ ਦੂਸਰੇ ਨੂੰ ਕਹੇ ਉਹ ਦੇਖਦਾ ਹੈ ਵੀ ਮੈਂ ਉੱਥੇ ਗਿਆ ਸੀ ਮੇਰੇ ਨਾਲ ਤਾਂ ਉਹ ਬੱਸ ਚਲਾ ਰਿਹਾ ਹੈ ਜਾਂ ਸਕਿਉਰਿਟੀ ਤੇ ਖੜਾ ਹੈ ਉਹ ਕਿਉਂ ਨਹੀਂ ਇੱਥੇ ਜੀ ਉਹ ਉੱਥੇ ਰਹਿਣਗੇ ਜਾਂ ਜਿੱਥੇ ਉਹਨਾਂ ਨੂੰ ਮੰਨਤਾ ਮਿਲਦੀ ਹੈ ਜੀ ਚੱਕਰੇ ਆ ਉੱਥੇ ਨਹੀਂ ਰਹਿਣਗੇ ਪ੍ਰੋਫੈਸਰ ਸਾਹਿਬ ਉੱਥੇ ਜੋ ਹਾਲਾਤ ਬਣੇ ਹੋਏ ਨੇ ਹਰ ਕੋਈ ਬੰਦਾ ਬਾਹਰ ਨਿਕਲਣ ਨੂੰ ਫਿਰਦਾ ਪਰ ਯੈਸ ਯੂ ਆ ਰਾਈਟ ਕਿ देयर ਆਰ ਬੈਟਰ ਪੈਸਟਰਸ ਉਹ ਯੂਐਸ ਜਾ ਸਕਦੇ ਨੇ ਉਹ ਯੂਕੇ ਜਾ ਸਕਦੇ ਨੇ ਆਸਟ੍ਰੇਲੀਆ ਜਾ ਸਕਦੇ ਨੇ ਹਮਮ ਗਾਸੂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਡੈਮੋਗ੍ਰਾਫਿਕ ਇਮਬੈਲੈਂਸ ਹੋ ਰਿਹਾ ਹੈਗਾ ਵਰਡ ਦੇ ਵਿੱਚ ਸਾਰਿਆਂ ਨੂੰ ਹੀ ਖੁੱਲ੍ਹ ਦੇਣੀ ਹੈ ਇਮੀਗ੍ਰੇਸ਼ਨ ਤੁਸੀਂ ਦੇਖੋ ਜਿਹੜੇ 스웨ਡੀਸ਼ ਵਰਗੇ ਕੰਟਰੀ ਹੈ ਉਹ ਕਹਿੰਦੇ ਸਾਡੇ ਕੰਟਰੀ ਚ ਆ ਕੇ ਤੁਸੀਂ ਪੜ੍ਹ ਲਓ ਫ੍ਰੀ ਪੀਐਚਡੀ ਤੱਕ ਅਸੀਂ ਕੁਝ ਨਹੀਂ ਲੈਣਾ ਤੁਹਾਥੋਂ ਜੀ ਪਰ ਤੁਹਾਨੂੰ ਸਾਡੀ ਲੈਂਗੁਏਜ ਸਿੱਖਣੀ ਪੈਣੀ ਹੈ ਜੇ ਅੱਜ ਇੰਡੀਆ ਦਾ ਸਟੂਡੈਂਟ ਜਾਂ ਟੈਕਨੀਕਲ ਪਰਸਨ ਉੱਥੇ ਨਹੀਂ ਜਾ ਰਿਹਾ ਇੱਕ ਲੈਂਗੁਏਜ ਪ੍ਰੋਬਲਮ ਜਰਮਨੀ ਚ ਵੀ ਸੇਮ ਹੈ ਜੀ ਅਦਰਵਾਈਜ਼ ਕਿ ਜੇ ਉਹਨਾਂ ਨੇ ਥੋੜਾ ਜਿਹਾ ਖੋਲਤਾ ਵੀ ਇੰਗਲਿਸ਼ ਵਾਲਾ ਵੀ ਆ ਜੇ ਜਾਂ ਜਰਮਨ ਜਾਂ ਸਵੀਡਨ ਸਵੀਡਿਸ਼ ਲੈਂਗੁਏਜ ਜਿਹੜੀ ਉਸ ਨੂੰ ਉਹਨੇ ਪੜਾਉਣਾ ਸ਼ੁਰੂ ਕਰਤਾ ਪਹਿਲਾਂ ਤਾਂ ਲੋਕ ਉਧਰ ਨੂੰ ਜਾਣਾ ਸ਼ੁਰੂ ਕਰ ਲੈਣਗੇ ਸਾਰਾ ਯੂਰਪ ਖੁੱਲਣ ਦੀ ਇੱਕ ਗਾਰਟੇ ਆ ਜੀ ਪ੍ਰੈਸ ਸਾਹਿਬ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਸੀ ਆਲਰੇਡੀ ਸਮੇਂ ਤੋਂ ਉੱਪਰ ਲੱਗਾ ਚਲੇ ਗਏ ਆ ਤੇ ਬਹੁਤ ਬਹੁਤ ਧੰਨਵਾਦ ਹੈਵ ਅ ਵੈਰੀ ਨਾਈਸ ਵੀਕਐਂਡ ਤੇ ਫੇਰ ਦੁਬਾਰਾ ਅਗਲੇ ਹਫਤੇ ਗੱਲ ਕਰਦੇ ਆਂ ਥੈਂਕ ਯੂ ਅਸੂ ਜੀ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ